श्री गुरु रामदास गुण गावो, श्री अर्जन विघ्नन के नाशक, विघ्नन के नाशक श्री हर गोबिंद शुभ सुमत प्रकाशक, श्री हर राय नमो कर जोरी, नमो कर जोरी। गुरु हर कृष्ण मनाए बहोरी, गुरु तेग बहादुर परम कृपाला जी, परम कृ श्री गुरु गोबिंद सिंह बिसाला, तरों तरा पर पुन पुन सीसा, पुन पुन सीसा, बंदों बार बार जगदीशा, जिसमें है अमृत ज्ञान है, माणक भगत बैराग, श्री गुरु ग्रंथ साहिब उदद, बंदों करे अनुराग, एकंकारा सतगुरु तेहे प्रसाद सच होए। वाहेगुरु जी की फतेह, विघ्न विनाशन सोए। धन धन सतगुरु गरीब नवाज सच्चे पातशाह, दीन दुनिया दे मालक, चबर छतर तखत दे बालक, समर्थ गुरु प्रतख गुरु, दीन दयाल कृपाल अंतरजामी पूरन पार ब्रह्म परमेश्वर, वाहिगुरु अकाल पुरख स्वरूप, दासां गरीबां सिखां सेवकां दी इज्जत पत रखण वाले, दया करन वाले, रहमतां करन वाले, बख्शिशां करन वाले, अंतरजामी सच्चे पातशाह, मुगत भुगत जुगत दे दाते, धन धन सतगुरु गरीब नवाज, धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। सतगुरु जी की पवित्र पावन हाजरी विखे सुभाए मान, सतगुरु जी की प्यारी साजी नवाजी, गुरु रूप गुरु सवारी साध संगत जी, आप जी बड़े प्यार दे नाल गरीब नवाज सच्चे पातशाह जी की पवित्र बाणी का रस पिना कीर्तन गुरु सवारियां दे पासों सरवण कर रहे सीगे। आओ सारी संगत दास दी अपनी हाजरी सतगुरां दे चरणां विच लवाओ, दोवें हथ जोड़ के गज के फतेह बुलाओ जी, वाहिगुरु जी जी का का खालसा। खालसा वाहेगुरु जी की सच्चे फतेह। पातशाह धन धन जगत जलंदे नूं तारण हारे, सतगुरु श्री गुरु नानक देव साहिब जी महाराज। सतगुरु जी का पवित्र महान इतिहास आप जी सिख संगतां बड़े ही प्यार दे नाल हर रोज़ सरवण करदे हो। गुरु साहिब जी का जदों इतिहास सुनना है, ये बड़ी श्रद्धा दे नाल साध संगत जी सरवण करना है। श्रद्धा दे नाल सुनांगे तो कुछ समझ आएगी, जे अश्रद्धा दे नाल सुनांगे कुछ पल्ले नहीं पएगा जी। हे हिरदे विच भावना वसा के, प्रेम वसा के महाराज जी का इतिहास सरवण करना है। श्रद्धालु वास्ते गुरु घर विच सब कुछ ही है। आप जी ने सरवण किया, राजे शिव नाभ का भला करने वास्ते सच्चे पातशाह महाराज अगे जा रहे हैं।
ਸੰਗਲਾ ਦੀਪ ਵਿੱਚ ਪਹਿਲਾਂ ਮਹਾਰਾਜ ਐਮਨਾਬਾਦ ਵਿੱਚ ਜਿੱਥੇ ਭਾਈ ਲਾਲੋ ਜੀ ਦਾ ਘਰ ਹੈ ਸਾਧ ਸੰਗਤ ਜੀ ਉੱਥੇ ਗਏ ਹੈ। ਪੰਜ ਦਿਨ ਮਹਾਰਾਜ ਸੱਚੇ ਪਾਤਸ਼ਾਹ ਰਹੇ ਹੈ। ਰਸਤੇ ਵਿੱਚ ਭਾਈ ਸਾਹਿਬ ਜੀ ਨੂੰ ਭਾਈ ਮਰਦਾਨਾ ਜੀ ਨੂੰ ਬੜੀ ਭੁੱਖ ਲੱਗੀ ਹੈ। ਬਾਲਾ ਅਤੇ ਮਰਦਾਨਾ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਨੇ। ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਮੈਨੂੰ ਤਾਂ ਗੁਰੂ ਸਾਹਿਬ ਦੇ ਦਰਸ਼ਨ ਕਰ ਕਰਕੇ ਹੀ ਭੁੱਖ ਨਹੀਂ ਸੀ ਲੱਗਦੀ ਹੁੰਦੀ। ਮਰਦਾਨਾ ਜੀ ਨੂੰ ਜਦੋਂ ਭੁੱਖ ਲੱਗਦੀ ਸੀ ਮਹਾਰਾਜ, ਉਹਦੇ ਵਿੱਚ ਕਿਸੇ ਨਾ ਕਿਸੇ ਦਾ ਭਲਾ ਕਰਨਾ ਹੁੰਦਾ ਸੀ। ਸੱਚੇ ਪਾਤਸ਼ਾਹ ਜੀ ਨੇ ਅੱਕ ਦੇ ਫਲ ਗੁਰੂ ਨਾਨਕ ਸਾਹਿਬ ਨੇ ਮਰਦਾਨਾ ਜੀ ਨੂੰ ਕਿਹਾ, ਮਰਦਾਨਿਆ ਛਕ ਲੈ। ਭਾਈ ਮਰਦਾਨਾ ਜੀ ਨੇ ਅੱਕ ਦੇ ਫਲ ਛਕ ਲਏ ਅਤੇ ਪਿਆਰਿਓ ਅੱਕ ਦੇ ਫਲ ਜਿਹੜੇ ਜ਼ਹਿਰ ਵਰਗੇ ਕੌੜੇ ਹੁੰਦੇ ਹੈ ਉਹ ਖਾ ਕੇ ਭਾਈ ਮਰਦਾਨਾ ਜੀ ਐਂ ਰੱਜ ਗਏ ਅਤੇ ਅੱਕ ਜਿਹੜਾ ਸੀ ਉਹ ਮਿੱਠਾ ਹੋ ਗਿਆ ਜੀ, ਅੱਕ ਦੇ ਫਲ ਮਿੱਠੇ ਹੋ ਗਏ। ਮਹਾਰਾਜ ਨੇ ਕਿਹਾ ਸੀ ਨਾਲ ਨਾ ਬੰਨੀ, ਭਾਈ ਮਰਦਾਨਾ ਜੀ ਨੇ ਨਾਲ ਬੰਨ ਲਏ। ਅਗਲੇ ਦਿਨ ਖਾਣ ਲੱਗੇ ਉਹੋ ਹੀ ਖਾਧੇ ਅਤੇ ਸਾਧ ਸੰਗਤ ਜੀ ਬੜਾ ਸਰੀਰ ਦਾ ਬੁਰਾ ਹਾਲ ਹੋ ਗਿਆ। ਫਿਰ ਮਹਾਰਾਜ ਅੰਤਰਜਾਮੀ ਸੱਚੇ ਪਾਤਸ਼ਾਹ ਨੇ ਫਿਰ ਅੱਕ ਦਾ ਹੀ ਫਲ ਖਵਾ ਕੇ ਭਾਈ ਮਰਦਾਨਾ ਜੀ ਨੂੰ ਰਾਜ਼ੀ ਖੁਸ਼ੀ ਕਰ ਦਿੱਤਾ ਸੀਗਾ। ਕੱਲ੍ਹ ਦੀ ਸਾਖੀ ਤੋਂ ਸਾਨੂੰ ਸਿੱਖਿਆ ਪ੍ਰਾਪਤ ਹੋਈ ਸੀ, ਜਿਹੜਾ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਤੋਂ ਬਾਹਰ ਜਾਂਦਾ ਹੈ ਪਿਆਰੇ ਉਹਨੂੰ ਦੁੱਖ ਭੋਗਣਾ ਪੈਂਦਾ ਹੈ। ਰਚ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਜੀ ਦੇ ਬਚਨਾਂ ਵਿੱਚ ਇੰਨੀ ਵੱਡੀ ਤਾਕਤ ਹੈ ਜਿਨ੍ਹਾਂ ਵਿੱਚ ਕੋਈ ਵੀ ਗੁਣ ਨਹੀਂ ਨਾ ਜੀ ਹੈਗਾ ਜੀ, ਉਹ ਸਤਿਗੁਰੂ ਜੀ ਦੇ ਬਚਨ ਸੁਣਨ ਲੱਗ ਪੈਣ ਅਤੇ ਕਮਾਉਣ ਲੱਗ ਪੈਣ ਉਹਨਾਂ ਦਾ ਵੀ ਨਿਸਤਾਰਾ ਹੋ ਜਾਂਦਾ ਹੈ ਜੀ। ਫਿਰ ਧਿਆਨ ਨਾਲ ਸੁਣਿਓ, ਜਿਨ੍ਹਾਂ ਵਿੱਚ ਕੋਈ ਵੀ ਗੁਣ ਨਹੀਂ ਹੈਗਾ ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਸੁਣਨ ਪੜ੍ਹਨ ਅਤੇ ਕਮਾਉਣ ਲੱਗ ਪੈਣ, ਬੜੀ ਵੱਡੀ ਅਵਸਥਾ ਬਣ ਜਾਂਦੀ ਅਤੇ ਉਧਾਰ ਹੋ ਜਾਂਦਾ ਜੀ। ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੈ, ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਮਹਾਰਾਜ ਜਿਹੜੇ ਤੁਹਾਡੇ ਬਚਨ ਹੈ ਨਾ ਉਹ ਨਿਰਗੁਣ ਆ ਰਹੇ ਬੰਦਿਆਂ ਨੂੰ ਵੀ ਨਿਸਤਾਰਾ ਕਰ ਦਿੰਦੇ, ਉਹਨਾਂ ਦਾ ਵੀ ਸਤਿਗੁਰਾਂ ਦੇ ਬਚਨਾਂ ਵਿੱਚ ਤਾਕਤ ਇਤਨੀ ਹੈ। ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰ ਮੁਕਤ ਜਨਾਵੈ ਗੋ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਬਚਨ ਮੰਨਦਾ ਉਹ ਸਾਧ ਸੰਗਤ ਜੀ ਸੁੱਖ ਪ੍ਰਾਪਤ ਕਰਦਾ, ਜਿਹੜਾ ਬਚਨ ਨਹੀਂ ਮੰਨਦਾ ਉਹਨੂੰ ਫਿਰ ਦੁੱਖ ਮਿਲਦਾ ਹੈ ਜੀ। ਹੁਣ ਇਹਦੇ ਤੋਂ ਅੱਗੇ ਇਤਿਹਾਸ ਸਰਵਣ ਕਰਨਾ। ਹਜ਼ੂਰ ਮਹਾਰਾਜ ਕਾਬਰੂ ਦੇਸ਼ ਵਿੱਚ ਪ੍ਰਵੇਸ਼ ਕੀਤਾ। ਕਾਬਰੂ ਦੇਸ਼ ਨੂੰ ਕਾਮਰੂਪ ਦੇਸ਼ ਵੀ ਕਹਿੰਦੇ ਹੈ, ਜਿੱਥੇ ਪਿਆਰਿਓ ਵਾਸ਼ਨਾਵਾਂ ਹੀ ਵਾਸ਼ਨਾਵਾਂ ਹਨ। ਇਹ ਸੰਸਾਰ ਅੱਜ ਸਾਰਾ ਹੀ ਕਾਮਰੂਪ ਦੇਸ਼ ਹੀ ਬਣ ਚੁੱਕਾ ਹੈ। ਗੱਜ ਕੇ ਆਖੋ ਵਾਹਿਗੁਰੂ। ਕਿਉਂਕਿ ਇੱਥੇ ਵਾਸ਼ਨਾਵਾਂ ਹੀ ਵਾਸ਼ਨਾਵਾਂ ਨੇ, ਇੱਕ ਪਰਦਾ ਹੀ ਪਿਆ ਹੈ। ਜਿਹਦੇ ਮਨ ਤੋਂ ਪਰਦਾ ਉੱਠੇਗਾ ਪਿਆਰਿਓ ਹਿਰਦੇ ਵਿੱਚ ਕਾਮ ਕ੍ਰੋਧ ਦੇ ਦਰਿਆ ਵਗਦੇ ਵੇਖੇ ਜਾਂਦੇ ਹੈ। ਸੋ ਇਹ ਸਾਰਾ ਸੰਸਾਰ ਹੀ ਕਾਮਰੂਪ ਦੇਸ਼ ਬਣਿਆ ਹੋਇਆ। ਇਸ ਸੰਸਾਰ ਰੂਪੀ ਕਾਮਰੂਪ ਦੇਸ਼ ਵਿੱਚ ਪਿਆਰਿਓ ਕੋਈ ਇੱਕ ਅੱਧਾ ਗੁਰਸਿੱਖ ਹੈ ਜਿਹਦੇ 'ਤੇ ਮਹਾਰਾਜ ਦੀ ਮਿਹਰ ਹੈ, ਉਹ ਕਾਮ ਕ੍ਰੋਧ ਤੋਂ ਰਹਿਤ ਹੋ ਜਾਂਦਾ ਹੈ। ਹੁਣ ਆਪਾਂ ਅੱਗੋਂ ਮਹਾਰਾਜ ਦਾ ਪ੍ਰਸੰਗ ਸਰਵਣ ਕਰੀਏ। ਕਾਮਰੂਪ ਦੇਸ਼ ਜਿਹਨੂੰ ਢਾਕਾ ਕਹਿੰਦੇ ਹੈ, ਬੰਗਾਲ ਦੇ ਵਿੱਚ ਸਾਧ ਸੰਗਤ ਜੀ ਇਹ ਸਥਾਨ ਹੈ। ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸਾਰੀ ਸੰਗਤ ਜੋੜੋ ਦੋਵੇਂ ਹੱਥ, ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਕਾਵਰੂ ਦੇਸ਼ ਕੀਓ ਪਰਵੇਸ਼, ਭਲੇ ਦਰਵੇਸ਼ ਕੋ ਬੇਸ ਬਣਾਏ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਈ ਬਾਲਾ ਜੀ ਕਥਾ ਸੁਣਾ ਰਹੇ ਹੈ। ਕਹਿੰਦੇ ਸੱਚੇ ਪਾਤਸ਼ਾਹ, ਫਿਰ ਮਹਾਰਾਜ ਫਕੀਰੀ ਭੇਖ ਗੁਰੂ ਜੀ ਨੇ ਧਾਰਨ ਕੀਤਾ, ਮਹਾਰਾਜ ਕਾਮਰੂਪ ਦੇਸ਼ ਵਿੱਚ ਪਹੁੰਚੇ ਹੈ। ਹਾਂਜੀ, ਮੰਤਰਣ ਜੰਤਰਣ ਤੰਤਰਣ ਕੀ ਨਿੱਧ ਜੋਰ ਸੀਮਿਤਾ ਨ ਕੋ ਜਿਹੇ ਥਾਏ। ਕਹਿੰਦੇ ਆ ਜਿੱਥੇ ਤੰਤਰਾਂ ਮੰਤਰਾਂ ਦਾ ਬੜਾ ਵੱਡਾ ਜ਼ੋਰ ਹੈ, ਔਰ ਕਿਸੇ ਨੂੰ ਵੀ ਉਹ ਤੰਤਰ ਮੰਤਰ ਦਾ ਅਸਰ ਜਿਹੜਾ ਉੱਥੋਂ ਦੀਆਂ ਬੀਬੀਆਂ ਕਰ ਦਿੰਦੀਆਂ ਨੇ। ਹਾਂਜੀ, ਆਏ ਗਯੋ ਟਿਗ ਹੀ ਨਗਰਾ ਗੁਰ ਬੈਸ ਗਏ ਤਰ ਕੀ ਇੱਕ ਛਾਏ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਨਗਰ ਦੇ ਬਾਹਰ
ਇੱਕ ਰੁੱਖ ਦੇ ਹੇਠਾਂ ਸੱਚੇ ਪਾਤਸ਼ਾਹ ਸੱਜ ਗਏ ਜੀ। ਹਾਂਜੀ। ਬੀਤ ਮਹੂਰਤ ਇੱਕ ਗਯੋ ਮਰ ਦਾਨੇ ਤਬੈ ਮੁਖ ਵਾਕ ਅਲਾਏ। ਇੱਕ ਦਿਨ ਲੰਘ ਗਿਆ ਜੀ, ਇੱਕ ਦਿਨ ਲੰਘ ਗਿਆ, ਮਹਾਰਾਜ ਨੇ ਕੁਝ ਨਹੀਂ ਛਕਿਆ, ਕੁਝ ਨਹੀਂ ਪੀਤਾ, ਭਾਈ ਮਰਦਾਨਾ ਜੀ ਨੂੰ ਫਿਰ ਭੁੱਖ ਲੱਗ ਗਈ ਜੀ। ਗੱਜ ਕੇ ਆਖੋ ਵਾਹਿਗੁਰੂ। ਇਹਦਾ ਭਾਵ ਸਮਝਣਾ ਹੈ ਵੀ ਇਸ ਨਗਰ ਵਿੱਚ ਵੀ ਗੁਰੂ ਨਾਨਕ ਸਾਹਿਬ ਨੇ ਕਿਸੇ ਦਾ ਭਲਾ ਕਰਨਾ ਹੈ। ਭਾਈ ਮਰਦਾਨਾ ਜੀ ਨੂੰ ਭੁੱਖ ਲੱਗ ਗਈ ਜੀ। ਹਾਂਜੀ। ਹੇ ਪ੍ਰਭ ਜੀ ਇਹ ਸੁੰਦਰ ਦੇਸ਼ ਧਰੋਵਰ ਪੰਥ ਅਨੇਕ ਖਰੇ। ਮਹਾਰਾਜ ਸੱਚੇ ਪਾਤਸ਼ਾਹ ਇਹ ਇਲਾਕਾ ਬੜਾ ਸੋਹਣਾ, ਮਹਾਰਾਜ ਬੜੇ ਸੋਹਣੇ ਸੋਹਣੇ ਮਹਾਰਾਜ ਰੁੱਖ ਲੱਗੇ ਆ। ਹੁਣ ਸੁਣਿਓ ਉੱਥੇ ਕਿਹੜੇ ਕਿਹੜੇ ਰੁੱਖ ਸਨ। ਹਾਂਜੀ। ਪੁੰਗ ਤੰਬੂਲਨ ਤਾਲ ਤਮਾਲ ਵਿਸਾਲ ਭਲੇ ਦਲ ਸੋਹੈ ਖਹਰੇ। ਸਪਾਰੀ ਹੈ, ਪਾਨ ਹੈ, ਹੋਰ ਦਰਖਤ ਹੈ, ਵੱਡੇ ਵੱਡੇ ਦਰਖਤ ਹੈ ਮਹਾਰਾਜ। ਸਰੋਵਰ ਬੜੇ, ਅੱਜ ਵੀ ਬੰਗਾਲ 'ਚ ਪਾਨ ਸਪਾਰੀ ਬਹੁਤ ਚੱਲਦੀ ਹੈ ਜੀ। ਅਤੇ ਮਹਾਰਾਜ ਸੱਚੇ ਪਾਤਸ਼ਾਹ ਬੜਾ ਸੋਹਣਾ ਨਗਰ ਹੈ। ਹਾਂਜੀ। ਸਾਖ ਚੁੱਕੀ ਫਲ ਪੀਨਨ ਸੌਂਕਾ ਦਲੀ ਕੇ ਬਗੀਚਨ ਬ੍ਰਿੰਦ ਜਰੇ। ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਰੁੱਖ ਹੈ ਫਲਾਂ ਨਾਲ ਮਹਾਰਾਜ ਐਂ ਲੱਦੇ ਪਏ ਹੈ ਸੱਚੇ ਪਾਤਸ਼ਾਹ, ਬੜਾ ਸੋਹਣਾ ਨਗਰ ਹੈ। ਹਾਂਜੀ। ਜੇ ਨਾਰ ਨਾਰ ਸਰੀਰ ਮੈਂ ਚੀਰਨ ਆਨ ਹੀ ਰੀਤ ਸੋ ਤਾਹੇ ਤਰੇ। ਅਤੇ ਮਹਾਰਾਜ ਇੱਥੋਂ ਦੇ ਜਿਹੜੇ ਇਸਤਰੀ ਪੁਰਸ਼ ਹੈ ਉਹਨਾਂ ਨੇ ਕੱਪੜੇ ਵੀ ਆਪਣੇ ਵਰਗੇ ਨਹੀਂ ਪਾਏ ਮਹਾਰਾਜ, ਉਹਨਾਂ ਦੀ ਬੋਲੀ ਹੋਰ ਹੈ ਅਤੇ ਕੱਪੜੇ ਹੋਰ ਹੈ। ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਵੇਖ ਲਓ ਰਾਜਸਥਾਨੀਆਂ ਦੇ ਜਿਹੜੇ ਕੱਪੜੇ ਆਪਣੇ ਪੰਜਾਬੀਆਂ ਨਾਲ ਨਹੀਂ ਮਿਲਦੇ ਜੀ, ਉਹ ਜੀ ਥੋੜ੍ਹਾ ਜਿਹਾ ਇਲਾਕੇ 'ਚੋਂ ਬਾਹਰ ਨਿਕਲੋ ਬੋਲੀ ਬਦਲ ਜਾਂਦੀ ਹੈ ਜੀ। ਆ ਤੁਸੀਂ ਜਲੰਧਰ ਵਾਲੇ ਤੋਂ ਇੱਕ ਪਾਸੇ ਹੋ ਜਾਓ, ਵਾਹਿਗੁਰੂ ਇੱਧਰ ਮਾਲਵੇ ਵੱਲ ਚਲੇ ਜਾਓ ਤਾਂ ਬੋਲੀ ਬਦਲ ਜਾਂਦੀ ਹੈ, ਬਿਲਕੁਲ ਬੋਲੀ ਬਦਲ ਜਾਂਦੀ ਹੈ। ਹਰਿਆਣੇ 'ਚ ਜਾਓ ਉੱਥੇ ਬੋਲੀ ਬਦਲ ਜਾਂਦੀ ਹੈ, ਬੰਗਾਲ ਦੀ ਬੋਲੀ ਵੀ ਹੋਰ ਅਤੇ ਵੇਸ਼ਭੂਸ਼ਾ ਵੀ ਹੋਰ। ਮਹਾਰਾਜ ਸੱਚੇ ਪਾਤਸ਼ਾਹ ਬੜਾ ਸੋਹਣਾ ਲੱਗ ਰਿਹਾ ਸਾਰਾ ਕੁਛ। ਹਾਂਜੀ। ਆਇਸ ਦੇਵ ਹੋ ਜਾਵ ਹੋ ਮੈਂ ਪੁਰ ਹੇਰ ਆਹਾਰ ਕਰੋ ਕਿਹੇ ਥਾਨਾ। ਅਤੇ ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਆਗਿਆ ਦਿਓ, ਸੱਚੇ ਪਾਤਸ਼ਾਹ ਮੈਂ ਇਹ ਵੇਖ ਲਵਾਂ ਮਹਾਰਾਜ ਸ਼ਹਿਰ, ਬੜਾ ਸੋਹਣਾ ਲੱਗ ਰਿਹਾ ਹੈ। ਹਾਂਜੀ। ਪੁਰ ਸ਼ੁਦਾ ਮੁਜ ਲਾਗ ਰਹੀ ਨਹਿ ਕੂਰ ਕਹੋ ਤੁਮਰੇ ਅਗਵਾਨਾ। ਮਹਾਰਾਜ ਕਹਿੰਦੇ ਮਰਦਾਨਿਆ ਗੱਲ ਤੇ ਕੋਈ ਹੋਰ ਹੈ, ਤੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਸੱਚ ਹੈ ਮੈਨੂੰ ਭੁੱਖ ਲੱਗ ਗਈ ਹੈ ਮਹਾਰਾਜ। ਹਾਂਜੀ। ਸ਼੍ਰੀ ਮੁਖ ਵਾਕ ਕਹਿਤੇ ਹੈ ਸੋਨੇ ਜਾਵ ਹੋ ਜਾਂ ਪੁਰ ਮੈਂ ਮਰਦਾਨਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਪਤਾ ਕੀ ਕਹਿਣ ਲੱਗੇ, ਮਹਾਰਾਜ ਕਹਿੰਦੇ ਮਰਦਾਨਿਆ ਇਸ ਨਗਰ ਵਿੱਚ ਨਾ ਜਾ ਮਹਾਰਾਜ ਕਹਿੰਦੇ। ਹਾਂਜੀ। ਜਾਨ ਰਿਦੇ ਦੁੱਖ ਦਾਨ ਸਥਾਨ ਨਾ ਲਾਇਕ ਜਾਨ ਕੇ ਮਾਨ ਸੁਜਾਨਾ। ਮਹਾਰਾਜ ਕਹਿੰਦੇ ਮਰਦਾਨਿਆ ਇਹ ਜਿਹੜਾ ਨਗਰ ਹੈ ਨਾ ਸੁਖਦਾਈ ਨਹੀਂ ਹੈਗਾ, ਬੜਾ ਦੁਖੀ ਇੱਥੇ। ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆ ਨਾ ਜਾ ਇਸ ਨਗਰ ਵਿੱਚ। ਹਾਂਜੀ। ਪੁਰ ਤੇ ਬਰ ਜੋ ਡਰ ਦੇ ਉਰ ਕੋ ਮੁਜ ਨਾ ਬਾਰ ਆਪ ਕਹੂੰ ਕਛ ਖਵਾਹਾ। ਮਰਦਾਨਾ ਜੀ ਕਹਿੰਦੇ ਮਹਾਰਾਜ ਆਹ ਚੰਗੀ ਗੱਲ ਹੈ, ਗੱਜ ਕੇ ਆਖੋ ਵਾਹਿਗੁਰੂ। ਉਹ ਅਸਲ 'ਚ ਮਹਾਰਾਜ ਆਪ ਹੀ ਮਾਇਆ ਫੇਰ ਦਿੰਦੇ ਸੀਗੇ ਜੀ। ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਆਹ ਚੰਗੀ ਗੱਲ ਹੈ, ਸੱਚੇ ਪਾਤਸ਼ਾਹ ਨਾ ਨਗਰ ਵਿੱਚ ਹੀ ਸਾਨੂੰ ਜਾਣ ਦਿੰਦੇ, ਅਤੇ ਜੇ ਮਹਾਰਾਜ ਨਗਰ ਵਿੱਚ ਨਹੀਂ ਜਾਣ ਦਿੰਦੇ ਅਤੇ ਦੂਜੇ ਪਾਸੇ ਕੁਝ ਛਕਣ ਨੂੰ ਵੀ ਨਹੀਂ ਦਿੰਦੇ ਸਾਨੂੰ। ਹਾਂਜੀ। ਘਰ ਆਏ ਹਾਰ ਨਾਹੇ ਕਰੂ ਨਾ ਕਰ ਕਿਉਂ ਕਰ ਬਾਹਰ ਮੈਂ ਨਿਰ ਬਾਹਰ। ਗੱਜ ਕੇ ਆਖੋ ਵਾਹਿਗੁਰੂ। ਅਤੇ ਸੱਚੇ ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਇੱਥੇ ਬੈਠਿਆਂ ਅਤੇ ਭੋਜਨ ਮਿਲਣਾ ਨਹੀਂ ਹੈ ਅਤੇ ਮਹਾਰਾਜ ਆਪਣਾ ਗੁਜ਼ਾਰਾ ਕਿਵੇਂ ਹੋਏਗਾ। ਹਾਂਜੀ। ਬਿਨ ਭੋਜਨ ਤੇ ਤਨ ਹਾਨ ਬਨੇ ਹੱਠ ਕੋ ਲੱਗਾ ਹੋ ਕਰ ਹੋ ਮਨ ਮਹਾ। ਸੱਚੇ ਪਾਤਸ਼ਾਹ ਬਿਨਾਂ ਭੋਜਨ ਤੋਂ ਤੇ ਪ੍ਰਾਣ ਨੱਸ ਜਾਣਗੇ, ਸਰੀਰ ਮੁੱਕ ਜਾਏਗਾ, ਖਤਮ ਹੋ ਜਾਵਾਂਗਾ, ਅਤੇ ਮਹਾਰਾਜ ਮੈਂ ਤੇ ਆਪਣੀ ਮਰਜ਼ੀ ਕਰਨੀ, ਮੈਂ ਤੇ ਚੱਲਾ। ਗੱਜ ਕੇ ਆਖੋ ਵਾਹਿਗੁਰੂ। ਅਜੇ ਥੋੜ੍ਹੇ ਦਿਨਾਂ ਪਹਿਲਾਂ ਹੀ ਅੱਕ ਖਾ ਕੇ ਆਨੰਦ ਲੈ ਲਿਆ ਅਤੇ ਹੁਣ ਫਿਰ ਆਖਣ ਲੱਗੇ ਮਹਾਰਾਜ ਮੈਂ ਤੇ ਚੱਲਾਂ ਸੱਚੇ ਪਾਤਸ਼ਾਹ। ਹਾਂਜੀ। ਅਬ ਦੇ ਹੋਰ ਜਾਏ ਕੋ ਜਾਏ ਕਹਿ ਜਾਏ ਕੋ ਖਾਏ ਅਘਾਏ ਅਵੋ ਤੁਮ ਪਾਹਾ। ਤੇ ਮਹਾਰਾਜ ਮੈਨੂੰ ਆਗਿਆ ਦਿਓ ਸੱਚੇ ਪਾਤਸ਼ਾਹ ਮੈਂ ਜਾਵਾਂ
ਤੇ ਜਾ ਕੇ ਪ੍ਰਸ਼ਾਦਾ ਪਾਣੀ ਛਕ ਕੇ ਫਿਰ ਤੁਹਾਡੇ ਕੋਲ ਵਾਪਸ ਆ ਜਾਵਾਂਗਾ। ਹਾਂਜੀ। ਨਾਨਕ ਤਾਂ ਮਨ ਕੀ ਮਨ ਜਾਨ ਸੋ ਆਨੰਦ ਬੈਨ ਪਨੇ ਮੁਸਕਾਨੇ। ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਪਏ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਨੂੰ ਪਤਾ ਵੀ ਫਿਰ ਕੋਈ ਲੀਲਾ ਵਰਤਣੀ ਹੈ। ਸੱਚੇ ਪਾਤਸ਼ਾਹ ਨੇ ਆਉਣ ਵਾਲਾ ਸਮਾਂ ਜਾਣ ਕੇ ਬਚਨ ਕੀਤਾ। ਧੀਰ ਸਰੀਰ ਤਰੈ ਨੇ ਤੂੰ ਪੁਰ ਮੈਂ ਬਰ ਹੇ ਰਹੋ ਜਾਮਰ ਦਾਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਧੀਰ ਸਰੀਰ ਤਰੈ ਨੇ ਤੂੰ ਪੁਰ ਮੈਂ ਬਰ ਹੇ ਰਹੋ ਜਾਮਰ ਦਾਨੇ। ਮਹਾਰਾਜ ਕਹਿੰਦੇ ਮਰਦਾਨਿਆ ਤੇਰੇ ਕੋਲ ਧੀਰਜ ਨਹੀਂ ਤਾਰਿਆ ਜਾ ਰਿਹਾ, ਤੇ ਜੇ ਹੁਣ ਤੂੰ ਧੀਰਜ ਨਹੀਂ ਧਾਰਨਾ ਤੇ ਮਹਾਰਾਜ ਕਹਿੰਦੇ ਮਰਦਾਨਿਆ ਫਿਰ ਕਰ ਲੈ ਆਪਣੀ ਮਰਜ਼ੀ। ਹਾਂਜੀ। ਤੋ ਰਹੇ ਰਨ ਚਾਹੇ ਰਹੇ ਨਾ ਖਾਹੋ ਆਹਾਰ ਅਹੈ ਲਲ ਚਾਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇਖ ਲਾ ਜੇ ਤੇਰਾ ਬਹੁਤਾ ਹੀ ਮਨ ਲਲਚਾਉਂਦਿਆ ਹੈ ਨਾ ਤੇ ਫਿਰ ਛਕ ਲੈ ਇੱਥੋਂ ਦਾ ਵੀ ਪ੍ਰਸ਼ਾਦਾ। ਹਾਂਜੀ। ਸ਼੍ਰੋਣ ਨਯੋ ਸੁਨ ਕੀ ਨ ਪਿਆਨ ਅਜਾਨ ਨਾ ਜਾਨੀ ਸੋ ਬੈਨ ਬਖਾਨੇ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖੋਂ ਮਰਦਾਨਾ ਜੀ ਨੇ ਸੁਣੇ ਬਚਨ ਤੇ ਮਰਦਾਨਾ ਜੀ ਧੋ ਕੇ ਖੁਸ਼ ਵੀ ਆਪਾਂ ਨੂੰ ਆਗਿਆ ਮਿਲ ਗਈ, ਪਰ ਇਹ ਨਹੀਂ ਪਤਾ ਵੀ ਆਗਿਆ ਖੁਸ਼ੀ ਨਾਲ ਨਹੀਂ ਦਿੱਤੀ ਮਹਾਰਾਜ ਨੇ। ਅੱਜ ਕੇ ਆਖੋ ਵਾਹਿਗੁਰੂ। ਹਾਂਜੀ। ਪੁਰ ਮੈਂ ਬਰ ਕੈ ਉਰ ਮੈਂ ਹਰ ਖਾ ਬਾਰ ਹੇਰਨ ਨਾਰਿਨ ਰੂਪ ਅਪਾਰੈ। ਹੁਣ ਮਰਦਾਨਾ ਜੀ ਨਗਰ ਵਿੱਚ ਦਾਖਲ ਹੋਏ ਜੀ, ਤੇ ਜਦੋਂ ਨਗਰ ਵਿੱਚ ਦਾਖਲ ਹੋਏ ਨਾ ਜੀ, ਬੜੇ ਵਧੀਆ ਵਧੀਆ ਘਰ, ਤੇ ਮਰਦਾਨਾ ਜੀ ਨਗਰ ਵੇਖ ਵੇਖ ਕੇ ਖੁਸ਼ ਹੁੰਦੇ, ਤੇ ਇਹ ਜਿਹੜਾ ਢਾਕਾ ਨਗਰ ਹੈ ਨਾ ਇਸ 'ਤੇ ਇਸਤਰੀਆਂ ਮੁਖੀ ਸਨ, ਇਸਤਰੀਆਂ ਮੁਖੀ ਸਨ ਜੀ। ਉਹ ਕਿਉਂ? ਉਹ ਸੁਣਿਓ ਜਰਾ। ਹਾਂਜੀ। ਤਰ ਪਾਤਰ ਮੂਲ ਉਖਾਰਨ ਕੋ ਕਰ ਨੀਸੀ ਅਹੈ ਵਿਭਚਾਰ ਬਿਹਾਰੈ। ਕਿਉਂ? ਉੱਥੋਂ ਦੀਆਂ ਇਸਤਰੀਆਂ ਦਾ ਇਹ ਵਿਵਹਾਰ ਸੀ ਉਹ ਸ਼ੁਭ ਕੰਮ ਨਹੀਂ ਸੀ ਕਰਦੀਆਂ ਹੁੰਦੀਆਂ, ਪਰਾਏ ਪੁਰਖਾਂ 'ਤੇ ਨਜ਼ਰਾਂ ਰੱਖਦੀਆਂ ਹੁੰਦੀਆਂ ਸੀਗੀਆਂ ਜੀ। ਹੁਣ ਇਹ ਵੇਖੋ ਕਿਤੇ ਪੁਰਸ਼ਾਂ ਦਾ ਇਹ ਹਾਲ ਹੈ, ਕਿਤੇ ਇਸਤਰੀਆਂ ਦਾ ਇਹ ਹਾਲ ਹੈ। ਹਾਂਜੀ। ਸਿਰ ਬਾਰ ਸਵਾਰ ਕੈ ਅੰਜਨ ਡਾਰ ਸ਼ਿੰਗਾਰ ਸੁਧਾਰ ਕਟਾਸ਼ ਨਿਹਾਰੈ। ਕਹਿੰਦੇ ਉੱਥੇ ਇਸਤਰੀਆਂ ਨਾ ਬਾਹਰ ਬਾਜ਼ਾਰ 'ਚ ਬੈਠੀਆਂ ਹੁੰਦੀਆਂ ਸਨ। ਜਦੋਂ ਭਾਈ ਮਰਦਾਨਾ ਜੀ ਗਏ ਉਦੋਂ ਵੀ ਐਸਾ ਹੀ ਹੋਇਆ, ਜਿਨ੍ਹਾਂ ਨੇ ਬੜਾ ਹਾਰ ਸ਼ਿੰਗਾਰ ਕੀਤਾ ਅਤੇ ਬਾਜ਼ਾਰ ਵਿੱਚ ਬੈਠੀਆਂ ਸਨ। ਹਾਂਜੀ। ਨਰ ਜੋ ਪਰਦੇਸੀ ਕਰੈ ਪਰਵੇਸ਼ ਬਸੀ ਕਰ ਲਿਤ ਹੈ ਮੰਤਰ ਉਚਾਰੈ। ਤੇ ਹੁਣ ਉਹਨਾਂ ਦਾ ਕੰਮ ਪਤਾ ਕੀ ਸੀਗਾ? ਉਹਨਾਂ ਇਸਤਰੀਆਂ ਨੇ ਵੇਖਣਾ ਇਹ ਜਿਹੜਾ ਪੁਰਸ਼ ਆ ਰਿਹਾ ਹੈ ਇਹ ਸਾਡੇ ਨਗਰ ਦਾ ਨਹੀਂ ਹੈ, ਅਤੇ ਬਾਹਰੋਂ ਆਇਆ ਹੈ, ਬਾਹਰੋਂ ਆਇਆ ਜਾਣ ਕੇ ਮੰਤਰ ਪੜ੍ਹ ਕੇ ਉਹਨੂੰ ਵੱਸ ਵਿੱਚ ਕਰ ਲੈਂਦੀਆਂ ਸਨ ਜੀ। ਅੱਜ ਕੇ ਆਖੋ ਵਾਹਿਗੁਰੂ। ਤੰਤਰਾਂ ਮੰਤਰਾਂ ਦਾ ਜ਼ੋਰ ਸੀਗਾ ਜੀ। ਹਾਂਜੀ। ਦੋਹਰਾ ਰਮਤ ਪੁਰਖ ਸੋ ਥਕਤ ਨਹਿ ਅਸਕੁਲਟਾ ਤਹਿਨਾਰ। ਕਹਿੰਦੇ ਇਹੋ ਜਿਹੀਆਂ ਕੁਲਟਾਂ ਸਨ, ਪੁੱਠੇ ਮਤ ਵਾਲੀਆਂ ਸਨ, ਪਰਾਏ ਪੁਰਸ਼ਾਂ ਦੇ ਉੱਤੇ ਨਿਗਾਹ ਰੱਖ ਕੇ ਮੰਤਰ ਪੜ੍ਹ ਕੇ ਉਹਨਾਂ ਨੂੰ ਆਪਣੇ ਵੱਸ ਵਿੱਚ ਕਰ ਲੈਂਦੀਆਂ ਸਨ। ਹਾਂਜੀ। ਪਤ ਕੋ ਰੱਖੈ ਸਬਸ ਕਰ ਆਪ ਕਰੈ ਵਿਭਚਾਰ। ਤੇ ਫਿਰ ਪਤਾ ਕੀ ਕਰਨਾ ਜੀ? ਉਹਨਾਂ ਪੁਰਸ਼ਾਂ ਦੇ ਨਾਲ ਆਪਣੀ ਮਾਨਿਆਈ ਕਰਨੀ ਜੀ, ਮਾਨਿਆਈ ਕਰਨੀ, ਆਪਣੇ ਵੱਸ ਵਿੱਚ ਕਰ ਲੈਣਾ ਜੀ ਉਹਨਾਂ ਨੂੰ ਤੰਤਰਾਂ ਮੰਤਰਾਂ ਦੇ ਜ਼ੋਰ ਨਾਲ। ਉਹ ਤੁਸੀਂ ਸੁਣੀ ਸੀ ਨਾ ਕਥਾ ਇੱਕ, ਗੱਜ ਕੇ ਆਖੋ ਵਾਹਿਗੁਰੂ। ਦਸਵੇਂ ਪਾਤਸ਼ਾਹ ਮਹਾਰਾਜ ਕੋਲ ਅਨੰਦਪੁਰ ਸਾਹਿਬ ਇੱਕ ਸਿੱਖ ਆਇਆ ਜੀ। ਸਿੱਖ ਆਇਆ, ਉਹਨੇ ਕਿਤੋਂ ਹੋਰ ਕਿਸੇ ਕੋਲੋਂ ਲੈ ਕੇ ਕੁਝ ਛੱਕ ਲਿਆ ਉਹਦੀ ਭਤੀਜੀ ਨੇ, ਅਤੇ ਉਹਦੇ ਪਿੱਛੇ ਫਿਰ ਤੁਰਿਆ ਫਿਰਦਾ ਸੀਗਾ ਕੋਈ ਗੁਪਤ ਰੂਪ ਵਿੱਚ, ਅਤੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਫਿਰ ਸ਼ਾਂਤ ਕੀਤਾ ਸੀਗਾ ਉਹਨੂੰ ਜੀ। ਤੰਤਰਾਂ ਮੰਤਰਾਂ ਦਾ ਬਹੁਤ ਜ਼ੋਰ ਜੀ ਉੱਥੇ। ਹਾਂਜੀ। ਕਬਿਤ ਜਬ ਮਰਦਾਨਾਪੁਰ ਮੈਦਪੁਰ ਮਦ ਮੈਂ ਪਿਆਨਾ ਤਬ ਗਇਓ ਇੱਕ ਥਾਨ ਹਿਤ ਲੈਨ ਕੇ ਅਹਾਰਿਆ। ਹੁਣ ਜਦੋਂ ਭਾਈ ਮਰਦਾਨਾ ਜੀ ਚੱਲਦੇ ਚੱਲਦੇ ਨਗਰ ਦੇ ਵਿੱਚ ਘਾਰ ਚਲੇ ਗਏ ਅਤੇ ਸੋਚਿਆ ਵੀ ਮੈਂ ਵੀ ਜਾ ਕੇ ਭੋਜਨ ਮੰਗਾਂ, ਪ੍ਰਸ਼ਾਦਾ ਮੰਗਾਂ। ਹਾਂਜੀ। ਵੈਸੀ ਚਾਰੂ ਨਾਰ ਚਾਰ ਨੈਨ ਸੋ ਨਿਹਾਰ ਇਸ ਥਾਂ ਇਸ ਬਚਨ ਪਰਸ ਪਰ ਬਿਬਿਤ ਉਚਾਰਿਆ। ਕਹਿੰਦੇ ਉੱਥੇ ਚਾਰ ਬੀਬੀਆਂ ਬੈਠੀਆਂ ਸਨ,
ਗੱਜ ਕੇ ਆਖੋ। ਵਾਹਿਗੁਰੂ। ਜਦੋਂ ਮਰਦਾਨਾ ਜੀ ਭੋਜਨ ਛਕਣ ਵਾਸਤੇ ਮੰਗਣ ਵਾਸਤੇ ਗਏ, ਚਾਰ ਬੀਬੀਆਂ ਬੈਠੀਆਂ ਸਨ ਜਿਨ੍ਹਾਂ ਨੇ ਬੜਾ ਹਾਰ ਸ਼ਿੰਗਾਰ ਕੀਤਾ ਹੋਇਆ ਸੀਗਾ ਜੀ। ਹਾਂਜੀ। ਇੱਕ ਕਹੈ ਮੋਰੋ ਇਹ, ਦੂਜੀ ਕਹੈ ਮੀਤ ਮੋਹੇ, ਤੀਜੀ ਕਹੈ ਪੂਰਬ ਮੈਂ ਤੁਮ ਤੇ ਨਿਹਾਰਿਆ। ਪਹਿਲੀ ਨੇ ਵੇਖਿਆ ਤੇ ਪਹਿਲੀ ਕਹਿੰਦੀ ਵੀ ਇਹ ਤਾਂ ਮੇਰਾ ਹੈ। ਗੱਜ ਕੇ ਆਖੋ। ਵਾਹਿਗੁਰੂ। ਸ਼ਿਕਾਰ ਬਣਾ ਲੈਂਦੀਆਂ ਸੀ ਜੀ, ਇਹ ਤਾਂ ਮੇਰਾ ਹੈ। ਦੂਜੀ ਕਹਿੰਦੀ ਨਹੀਂ ਨਹੀਂ ਇਹ ਮੇਰਾ ਮਿੱਤਰ ਹੈ। ਤੀਜੀ ਕਹਿੰਦੀ ਨਹੀਂ ਨਹੀਂ ਸਭ ਤੋਂ ਪਹਿਲਾਂ ਮੈਂ ਵੇਖਿਆ ਇਹ ਮੇਰਾ ਹੈ। ਚਾਰੇ ਬੀਬੀਆਂ ਬੈਠੀਆਂ ਆਪਸ 'ਚ ਲੜੀ ਜਾਣ, ਉਹ ਕਹਿੰਦੀ ਮੇਰਾ। ਭਾਈ ਮਰਦਾਨਾ ਜੀ ਜਦੋਂ ਆਏ, ਦੂਜੀ ਕਹਿੰਦੀ ਮੇਰਾ ਹੈ, ਤੀਜੀ ਕਹਿੰਦੀ ਪਹਿਲਾਂ ਤਾਂ ਮੈਂ ਵੇਖਿਆ ਇਹ ਮੇਰਾ ਹੈ। ਹਾਂਜੀ। ਚੌਥੀ ਉੱਠ ਤਾਤ ਕਾਲ ਤੰਤ ਗੇਰ ਗਰੀਬ ਮਾਹੇ, ਲੀਨੋ ਕਰ ਮੇਡਾ ਦਾਮ ਦੀਨ ਘਰ ਡਾਰਿਆ। ਚੌਥੀ ਬੜੀ ਚਲਾਕ ਨਿਕਲੀ, ਉਹ ਮੰਤਰ ਪੜ੍ਹਦੀ ਗਈ ਤੇ ਬੜੀ ਛੇਤੀ ਦੇ ਨਾਲ ਭਾਈ ਮਰਦਾਨਾ ਜੀ ਦੇ ਗਲੇ ਵਿੱਚ ਨਾ ਉਹਨੇ ਇੱਕ ਧਾਗਾ ਪਾ ਦਿੱਤਾ ਤੇ ਮੰਤਰ ਪੜ੍ਹਿਆ ਤੇ ਭਾਈ ਮਰਦਾਨਾ ਜੀ ਭੇਡੂ ਬਣ ਗਏ ਜੀ ਉੱਥੇ ਜੀ। ਮੰਤਰਾਂ ਜੰਤਰਾਂ ਦਾ ਵੇਖ ਲਓ ਇੰਨਾ ਜ਼ੋਰ ਹੁੰਦਾ ਹੈ ਜੀ, ਭੇਡੂ ਬਣ ਗਏ ਜੀ। ਪਰ ਇੱਕ ਗੱਲ ਚੇਤਾ ਰੱਖਿਓ, ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਮਹਾਰਾਜ ਕਹਿੰਦੇ ਆ, ਨਮੋ ਜੰਤਰ ਜੰਤਰੰਗ, ਨਮੋ ਮੰਤਰ ਮੰਤਰੰਗ, ਨਮੋ ਤੰਤਰ ਤੰਤਰੰਗ। ਤੰਤਰਾਂ ਦਾ ਤੰਤਰ ਵੀ ਹੈ ਵਾਹਿਗੁਰੂ, ਉਹਦੇ ਤੋਂ ਉੱਤੇ ਤੰਤਰ ਕੋਈ ਨਹੀਂ, ਉਹਦੇ ਤੋਂ ਉੱਤੇ ਮੰਤਰ ਕੋਈ ਨਹੀਂ ਹੈ, ਉਹਦੇ ਤੋਂ ਉੱਤੇ ਜੰਤਰ ਕੋਈ ਨਹੀਂ ਹੈ। ਭਾਈ ਮਰਦਾਨਾ ਜੀ ਨੂੰ ਭੇਡੂ ਬਣਾ ਦਿੱਤਾ ਜੀ। ਹਾਂਜੀ। ਸਵਈਆ ਮਾਨਵ ਦੇਹ ਗਈ ਪਲਟੀ ਤਬ ਐਂਡਕ ਰੂਪ ਸੁਦਿਸਨ ਲਾਗਾ। ਮਨੁੱਖਾ ਸਰੀਰ ਪਲਟ ਗਿਆ ਤੇ ਭਾਈ ਮਰਦਾਨਾ ਜੀ ਪਿਆਰੇ ਉਹ ਭੇਡੂ ਵਾਂਗੂ ਬਹਿ ਗਏ ਤੇ ਭੇਡੂ ਵਾਲਾ ਸਰੀਰ ਹੋ ਗਿਆ ਜੀ ਉਹਨਾਂ ਦਾ ਜੀ। ਭਾਈ ਮਰਦਾਨਾ ਜੀ ਦਾ ਮਨੁੱਖਾ ਸਰੀਰ ਪਲਟ ਗਿਆ ਜੀ, ਕਮਾਲ ਦੀ ਗੱਲ। ਇੰਨਾ ਉਹਨਾਂ ਤੰਤਰਾਂ ਮੰਤਰਾਂ 'ਚ ਅਸਰ ਸੀਗਾ ਜੀ। ਹਾਂਜੀ। ਗਰੀਬ ਮੈਂ ਗੇਰ ਕੈ ਦਾਮਨ ਬੰਧਨ ਬੰਧ ਦਯੋ ਕਿਲ ਕੰਕਨ ਜਿਨ ਭਾਗਾ। ਕਹਿੰਦੇ ਆ ਫਿਰ ਗਿੱਚੀ 'ਚ ਉਹ ਤਵੀਤ ਪਾਇਆ ਸੀ, ਉੱਥੇ ਹੀ ਰੱਸੀ ਫੜੀ ਇੱਕ। ਭਾਈ ਮਰਦਾਨਾ ਜੀ ਨੂੰ ਕੋਈ ਹੋਸ਼ ਨਹੀਂ ਸੀ ਉਦੋਂ, ਰੱਸੀ ਦੇ ਨਾਲ ਸਾਧ ਸੰਗਤ ਜੀ ਬੰਨਿਆ ਤੇ ਲਾਗੇ ਰੁੱਖ ਨਾ ਬੰਨ ਦਿੱਤਾ ਜੀ। ਗੱਜ ਕੇ ਆਖੋ। ਵਾਹਿਗੁਰੂ। ਤੇ ਉਹ ਬੀਬੀ ਨੇ ਕਰਨਾ ਕੀ ਸੀਗਾ, ਆਪਣੇ ਘਰ ਲਿਜਾ ਕੇ ਬੰਨਣਾ ਸੀ ਤੇ ਫਿਰ ਸਹੀ ਕਰਕੇ ਆਪਣੀ ਮਾਨਿਆਈ ਕਰਨੀ ਸੀ ਉਹਨੇ ਜੀ। ਹੁਣ ਭਾਈ ਮਰਦਾਨਾ ਜੀ ਸਤਿਗੁਰਾਂ ਦੇ ਬਚਨ ਤੋਂ ਲਾਂਭੇ ਹੋਏ, ਇਹ ਵੀ ਬੇਨਤੀ ਹੈ ਮਹਾਰਾਜ ਦੀ, ਮਾਇਆ ਹੀ ਹੈ, ਹੈ ਹੋਰ ਕੁਝ ਵੀ ਨਹੀਂ ਹੈ। ਹਾਂਜੀ। ਰੂਪੇ ਹੈ ਤੇ ਸੁਖ ਰੂਪ ਪਯੋ ਪੁੰਨ ਮਾਰਤ ਨਾਸਨ ਸੋ ਫੁਰ ਡਾਗਾ। ਕਹਿੰਦੇ ਰੂਪ ਤੋਂ ਕਰੂਪ ਹੋ ਗਏ ਮਰਦਾਨਾ ਜੀ ਤੇ ਭੱਜਣ ਵਾਸਤੇ ਫਰਾਟੇ ਮਾਰਨ ਲੱਗੇ, ਪਰ ਫਿਰ ਗੱਲ ਨਾ ਬਣੇ ਜੀ, ਹੁਣ ਕੌਣ ਸੁਣੇ ਜੀ। ਹਾਂਜੀ। ਜਾਨਤ ਹੈ ਮਨ ਮੈਂ ਸਭ ਹੀ ਸੁਧ ਜੋਰ ਚਲੈਨ ਹੈ ਬੰਦ ਜੇ ਤਿਆਗਾ। ਹੁਣ ਮਨ ਵਿੱਚ ਪਤਾ ਲੱਗਾ ਵੀ ਮੈਨੂੰ ਗੁਰੂ ਸਾਹਿਬ ਕਿਉਂ ਕਹਿੰਦੇ ਸੀ ਵੀ ਇਸ ਨਗਰ 'ਚ ਨਹੀਂ ਜਾਣਾ ਜੀ, ਇਸ ਨਗਰ ਵਿੱਚ ਨਹੀਂ ਜਾਣਾ। ਹੁਣ ਜ਼ੋਰ ਲਾਉਂਦੇ ਆ ਪਰ ਛੁੱਟਿਆ ਨਹੀਂ ਜਾਂਦਾ ਜੀ। ਹਾਂਜੀ। ਪੂਰਬ ਸੂਰਤ ਹੈ ਉਰ ਮੈਂ ਤੇ ਧੂਰਤ ਕੀ ਨ ਮੈਥੋ ਅਨ ਜਾਣਾ। ਕਹਿੰਦੇ ਦਿਲ ਵਿੱਚ ਬੜੇ ਝੂਰਦੇ ਇਸਤਰੀਆਂ ਨੇ ਮਾਇਆ ਦਾ ਜਾਲ ਐਸਾ ਪਾਇਆ, ਬਸ ਭਾਈ ਮਰਦਾਨਾ ਜੀ ਨੂੰ ਵਹਿੰਦਿਆਂ ਵਹਿੰਦਿਆਂ ਮੂਰਖ ਬਣਾ ਦਿੱਤਾ ਜੀ ਉਹਨਾਂ ਨੇ ਜੀ। ਭੇਡੂਆਂ ਵਾਲਾ ਭਾਈ ਸੰਤੋਖ ਸਿੰਘ ਦੱਸਦੇ ਸਰੀਰ ਹੀ ਬਣਾ ਦਿੱਤਾ ਜੀ, ਤੰਤਰਾਂ ਮੰਤਰਾਂ ਦੀ ਇੰਨੀ ਤਾਕਤ ਹੁੰਦੀ ਹੈ ਜੀ। ਰਾਜਾ ਮਾਨ ਸਿੰਘ ਗਿਆ ਸੀਗਾ, ਉਹਦਾ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਗਏ, ਉਹ ਤੋਂ ਪਹਿਲਾਂ ਤੁਸੀਂ ਕਥਾ ਸੁਣੀ, ਬਸ ਫੁੱਲ ਹੀ ਸੰਘਾਇਆ ਜੀ ਅਤੇ ਫੁੱਲ ਸੰਘਾ ਕੇ ਬਸ ਉਸੇ ਵੇਲੇ ਮਾਰ ਸੁੱਟਿਆ ਸੀ ਬੀਬੀ ਨਹੀਂ ਦੀ ਇੱਕ ਜੀ। ਜਿਹੜਾ ਰਾਜਾ ਕਈ ਫੌਜਾਂ ਕੋਲੋਂ ਨਹੀਂ ਮਰਿਆ, ਇੱਕ ਬੀਬੀ ਨੇ ਫੁੱਲ ਸੰਘਾ ਕੇ ਮਾਰਤਾ ਜੀ ਉਦੋਂ ਜੀ। ਭਾਈ ਮਰਦਾਨਾ ਜੀ ਪਛਤਾਉਣ ਮਨ ਵਿੱਚ। ਨਾਨਕ ਬੈਨ ਨਾ ਮਾਨੇ ਮਨੰਗ ਦੁੱਖ ਜਾਂ ਤੇ ਸਹਾਰ ਹੋ ਆਪਣੇ ਪਾਨਾ। ਕਹਿੰਦੇ ਹੁਣ ਨਾ ਭਾਈ ਮਰਦਾਨਾ ਜੀ ਕਹਿੰਦੇ ਮੈਂ ਬਾਰ ਬਾਰ ਗੁਰੂ ਸਾਹਿਬ ਦਾ ਬਚਨ ਨਹੀਂ ਮੰਨਦਾ, ਬਚਨ ਨਾ ਮੰਨਣ ਕਰਕੇ ਮੈਨੂੰ ਦੁੱਖ ਫਿਰ ਸਹੇੜਨਾ ਪੈਂਦਾ ਹੈ। ਹਾਂਜੀ। ਜੌਨ ਹੀ ਤੂੰ ਕੋ ਨਾ ਮਾਨਤ ਬੈਨ ਕੋ ਪ੍ਰਾਪਤ ਹੋਵੇ ਦੁੱਖ ਮੋਹੇ ਸਮਾਨਾ। ਤੇ ਭਾਈ ਸੰਤੋਖ ਸਿੰਘ ਜੀ ਵੀ ਦੱਸਦੇ ਕਹਿੰਦੇ ਭਾਈ ਜਿਹੜੇ ਪੁਰਸ਼ ਸਤਿਗੁਰੂ ਜੀ ਦਾ ਬਚਨ ਸਮਝਦੇ ਐਵੇਂ ਹੀ ਹੈ ਤੇ ਸਾਡੇ ਭਲੇ ਵਿੱਚ ਨਹੀਂ ਹੈ, ਫਿਰ ਉਹਨਾਂ ਨੂੰ ਦੁੱਖ ਮਿਲਦਾ ਹੈ।
ਕੋਈ ਵੀ ਬਚਨ ਹੋਵੇ ਨਾ ਸਾਧ ਸੰਗਤ ਜੀ ਮਹਾਰਾਜ ਦਾ, ਤੇ ਕੀ ਸਮਝਣਾ ਸਾਡੇ ਭਲੇ ਵਾਸਤੇ ਹੈ। ਗੱਜ ਕੇ ਆਖੋ ਵਾਹਿਗੁਰੂ, ਇਹ ਬਚਨ ਚ ਸਾਡਾ ਭਲਾ ਹੈ, ਸਾਡਾ ਭਲਾ ਹੈ, ਇਹ ਬਚਨ ਨਾ ਸਾਡੇ ਭਲੇ ਵਾਸਤੇ ਹੈ। ਹਾਂਜੀ, ਦੇਸ਼ ਨਿਕੇਤ ਕਹਾਂ ਹਮਰੋ ਕਿਤ ਆਨ ਫਸਿਓ ਪਰਦੇਸ ਸਥਾਨਾ। ਤੇ ਭਾਈ ਮਰਦਾਨਾ ਜੀ ਸੋਚਦੇ ਵੀ ਪਰਦੇਸ਼ ਚ ਆਏ ਆ, ਨਾ ਕੋਈ ਜਾਣਦਾ, ਭੇਡੂ ਵਾਲਾ ਦੇਹ ਬਣੀ ਪਈ ਹੈ, ਹੁਣ ਮੈਂ ਵਿੱਚੋਂ ਕਿਵੇਂ ਛੁੱਟਾਂ ਇਹਦੇ। ਹਾਂਜੀ, ਕੌਣ ਬਤਾਵੇ ਹੈ ਜਾਏ ਅਬੈ ਸੁਧ ਆਨ ਛੁਡਾਵੇ ਹੈ ਮੋ ਪ੍ਰਭ ਜੇਉ। ਗੱਜ ਕੇ ਆਖੋ ਵਾਹਿਗੁਰੂ। ਹੁਣ ਕੌਣ ਬਤਾਵੇ ਹੈ ਜਾਏ ਅਬੈ ਸੁਧ, ਭਾਈ ਮਰਦਾਨਾ ਜੀ ਕਹਿੰਦੇ ਆ ਕੋਈ ਤੇ ਇੱਥੇ ਹੋਵੇ ਜਿਹੜੇ ਮੇਰੇ ਮਾਲਕ ਗੁਰੂ ਨਾਨਕ ਸਾਹਿਬ ਨੂੰ ਦੱਸਣ ਵੀ ਮੈਂ ਕੀ ਬਣਿਆ ਹੋਇਆ ਹੈ, ਕੋਈ ਤੇ ਹੋਵੇ ਜਿਹੜਾ ਦੱਸੇ। ਆਨ ਛੁਡਾਵੇ ਹੈ ਮੋ ਪ੍ਰਭ ਜੇਉ, ਅਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੂੰ ਪਤਾ ਲੱਗੇ ਅਤੇ ਮਹਾਰਾਜ ਆ ਕੇ ਮੈਨੂੰ ਛਡਾਉਣ ਇਹਨਾਂ ਦੇ ਚੱਕਰ ਤੋਂ। ਹਾਂਜੀ, ਬੋਲਣ ਕੀ ਸ਼ਕਤੀ ਨਾ ਰਹੀ ਮੁਝ ਬੈਨ ਪੁਕਾਰ ਕਾਹੋ ਬਿਦ ਕੇਉ। ਤੇ ਭਾਈ ਮਰਦਾਨਾ ਜੀ ਸੋਚਦੇ ਵੀ ਹੁਣ ਤੇ ਬੋਲਣ ਦੀ ਤਾਕਤ ਵੀ ਨਹੀਂ ਹੈਗੀ, ਵੀ ਆਵਾਜ਼ ਮਾਰ ਕੇ ਸੱਦ ਲਾਂ ਵੀ ਆ ਜਾਓ, ਹੁਣ ਤਾਂ ਬੋਲ ਵੀ ਨਹੀਂ ਸਕਦਾ ਵੀ ਕੋਈ ਮਨੁੱਖ ਆ ਕੇ ਤੇ ਬਚਾਵੇ ਜਾਂ ਮੈਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁਕਾਰ ਕਰਾਂ। ਹਾਂਜੀ, ਕੈਸੇ ਛੁਟੋ ਚਿੱਤ ਵਿੱਚ ਵਿਚਾਰਤ ਆਤੁਰਤਾ ਉਰਧਾਰਤ ਏਉ। ਕਹਿੰਦੇ ਮਨ 'ਚ ਸੋਚਦੇ ਵੀ ਹੁਣ ਮੈਂ ਛੁੱਟਾਂ ਕਿਵੇਂ, ਬੜੇ ਮਨ 'ਚ ਦੀਨ ਹੋ ਗਏ ਭਾਈ ਮਰਦਾਨਾ ਜੀ। ਹਾਂਜੀ, ਜਾਨਤ ਜੋ ਸਭ ਕੇ ਘੱਟ ਅੰਤਰ ਤੋਂ ਅਬ ਸ੍ਰੀ ਪ੍ਰਭ ਆਨ ਛੁਟੇਉ। ਗੱਜ ਕੇ ਆਖੋ ਵਾਹਿਗੁਰੂ। ਹੁਣ ਭਾਈ ਮਰਦਾਨਾ ਜੀ ਉਸ ਸਰੀਰ 'ਚ ਪਏ, ਸਾਧ ਸੰਗਤ ਸੋਚੀ ਜਾਂਦੇ ਹੈ ਵੀ ਹੁਣ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਛਡਾਉਣਾ ਅਤੇ ਅੰਤਰ ਆਤਮੇ ਮਹਾਰਾਜ ਨੂੰ ਬੇਨਤੀਆਂ ਕਰੀ ਜਾਂਦੇ ਆ, ਮਹਾਰਾਜ ਮੈਂ ਭੇਡੂ ਬਣ ਗਿਆ ਜੇ, ਮਹਾਰਾਜ ਬੀਬੀਆਂ ਨੇ ਪਾ ਲਿਆ ਜੰਤਰ ਮੰਤਰ ਦਾ ਜ਼ੋਰ, ਮਹਾਰਾਜ ਹੁਣ ਮੈਨੂੰ ਬਚਾਓ ਸੱਚੇ ਪਾਤਸ਼ਾਹ। ਹਾਂਜੀ, ਦੋਹਰਾ ਇਹ ਬਿਦ ਉਰ ਮਹਿ ਧਾਰ ਕੈ ਦਹ ਦਿਸ਼ ਸੋ ਦ੍ਰਿਗ ਦੀਨ। ਹੁਣ ਭਾਈ ਮਰਦਾਨਾ ਜੀ ਆਪਣੇ ਮਨ ਵਿੱਚ ਬੇਨਤੀ ਕਰਕੇ ਨਾ ਸੱਚੇ ਪਾਤਸ਼ਾਹ ਨੂੰ, ਤੇ ਪਿਆਰਿਓ ਬਾਹਰ ਵੱਲ ਨੂੰ ਨਾ ਜੀ ਨੇਤਰ ਲਾ ਲਏ ਵੀ ਮਹਾਰਾਜ ਹੁਣ ਕਦੋਂ ਆਉਣਗੇ ਮੇਰੀ ਅਰਦਾਸ ਸੁਣ ਕੇ। ਹਾਂਜੀ, ਆਵਨ ਗੁਰ ਕੋ ਹੇਰਈ ਪ੍ਰੇਮ ਚਰਨ ਕੋ ਲੀ ਕੀਨ। ਤੇ ਬਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਇੰਤਜ਼ਾਰ ਕਰਦੇ ਆ ਵੀ ਮਹਾਰਾਜ ਹੁਣ ਕਦੋਂ ਆਉਣਗੇ ਸੱਚੇ ਪਾਤਸ਼ਾਹ, ਹੁਣ ਮੈਨੂੰ ਕਦੋਂ ਛਡਾਉਣਗੇ, ਜਿੱਥੇ ਅਵਘਟ ਗਲੀਆਂ ਪੀੜੀਆਂ ਤਿੱਥੇ ਹਰ ਹਰ ਮੁਕਤ ਕਰਾਏ। ਹਾਂਜੀ, ਸਵਈਆ ਦੋਏ ਮਹੂਰਤ ਬੀਤ ਗਏ ਜਬ ਸ੍ਰੀ ਗੁਰ ਬੈਨ ਕਹਿ ਸੁਨ ਬਾਲਾ। ਜਦੋਂ ਦੋ ਕੁ ਮਹੂਰਤ ਬੀਤ ਗਏ ਨਾ, ਦੋ ਘੜੀਆਂ ਬੀਤ ਗਈਆਂ, ਤੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਬਾਲਾ ਜੀ ਨੂੰ ਕਹਿਣ ਲੱਗੇ। ਹਾਂਜੀ, ਅਨਹੇ ਤਾਹੇ ਅਬੈ ਚੱਲ ਕੈ ਉੱਠ ਠੰਡ ਪਏ ਸੁਖ ਦਾ ਤਤ ਕਾਲਾ। ਮਹਾਰਾਜ ਕਹਿੰਦੇ ਬਾਲਿਆ ਅਸੀਂ ਆਏ, ਇਹ ਕਹਿ ਕੇ ਮਹਾਰਾਜ ਉੱਠ ਖਲੋਤੇ ਸੱਚੇ ਪਾਤਸ਼ਾਹ, ਰੁੱਖ ਦੇ ਹੇਠਾਂ ਬੈਠੇ ਸਨ, ਮਹਾਰਾਜ ਉੱਠ ਕੇ ਕਹਿੰਦੇ ਬਾਲਿਆ ਸੀ ਹੁਣੇ ਆਏ। ਹਾਂਜੀ, ਹੈ ਕੇਹ ਥਾਨ ਚਲ ਚਲੇ ਕੇਵ ਆਪ ਬਤਾਵ ਹੋ ਬੂਝੇ ਮੈਂ ਐਸ ਕਿਰਪਾਲਾ। ਤੇ ਭਾਈ ਬਾਲਾ ਜੀ ਕਹਿੰਦੇ ਵੀ ਮੈਂ ਫਿਰ ਗੁਰੂ ਸਾਹਿਬ ਨੂੰ ਪੁੱਛਿਆ ਵੀ ਮਹਾਰਾਜ ਆਪ ਜੀ ਕਿੱਥੇ ਚੱਲੇ ਸੱਚੇ ਪਾਤਸ਼ਾਹ, ਇੱਕਦਮ ਹੀ ਉੱਠ ਕੇ ਚੱਲ ਪਏ। ਹਾਂਜੀ, ਇੰਡਕ ਕੀ ਨ ਪਾਇਓ ਮਨ ਦੀਨ ਕੁਮੰਤਰਣ ਕੋ ਤਿੰਨ ਬੰਧਨ ਕਾਲਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਲਿਆ ਆਪਣਾ ਮਰਦਾਨਾ ਭੇਡੂ ਬਣ ਗਿਆ ਹੈ। ਗੱਜ ਕੇ ਆਖੋ ਵਾਹਿਗੁਰੂ। ਆਪਣਾ ਮਰਦਾਨਾ ਭੇਡੂ ਬਣਿਆ ਪਿਆ, ਤੰਤਰਾਂ ਮੰਤਰਾਂ ਦੇ ਜ਼ੋਰ ਦੇ ਨਾਲ ਉਹਨੂੰ ਭੇਡੂ ਬਣਾ ਦਿੱਤਾ, ਪਹਿਲਾਂ ਬਚਨ ਨਹੀਂ ਮੰਨਿਆ ਹੁਣ ਭੇਡੂ ਬਣਿਆ। ਹਾਂਜੀ, ਮਰਹਰੀ ਛੰਦ ਪਾਨਹੀ ਬਚ ਬਾਲਾ ਇਓ ਤਹਿ ਨਾਲਾ ਚਾਹੇ ਸੁਣੋ ਕਿਰਪਾਲ। ਤੇ ਭਾਈ ਬਾਲਾ ਜੀ ਪਤਾ ਮਹਾਰਾਜ ਨੂੰ ਕੀ ਕਹਿਣ ਲੱਗੇ, ਮਹਾਰਾਜ ਚਲੇ ਜਾਓ ਪਰ ਥੋੜ੍ਹਾ ਸਮਾਂ ਰੁਕ ਜਾਓ ਸੱਚੇ ਪਾਤਸ਼ਾਹ, ਅਜੇ ਮਹਾਰਾਜ ਬੜੇ ਰਹਿਣ ਦਿਓ ਸੱਚੇ ਪਾਤਸ਼ਾਹ ਭੇਡੂ ਹੀ। ਹਾਂਜੀ, ਤਬ ਤੁਮਨੈ ਹਟਕਿਓ ਮਨ ਨਾ ਅਟਕਿਓ ਛਟਕਿਓ ਪੁਨ ਤਤਕਾਲ। ਤਬ ਤੁਮਨੈ ਹਟਕਿਓ ਮਨ ਨਾ ਅਟਕਿਓ ਛਟਕਿਓ ਪੁਰ ਤੁਰਕਾਨ। ਸੱਚੇ ਪਾਤਸ਼ਾਹ ਮਹਾਰਾਜ ਤਤਕਾਲ, ਮਹਾਰਾਜ ਤੁਸੀਂ ਸਮਝਾਇਆ ਇਹ ਸਮਝੇ ਨਹੀਂ ਤੇ ਮਹਾਰਾਜ ਉਰੋਂ ਤਾਂ ਛੇਤੀ ਛੇਤੀ ਚਲੇ ਗਏ। ਹਾਂਜੀ,
ਕੋ ਚਿਰ ਦੁਖ ਦੀਜੈ ਮੋਖ ਨਾ ਕੀਜੈ ਜਾਣੈ ਤਬ ਮਨ ਮਾਹੇ। ਮਹਾਰਾਜ ਅਜੇ ਨਾ ਛਡਾਇਓ, ਸੱਚੇ ਪਾਤਸ਼ਾਹ ਕੁਝ ਸਮਾਂ ਵੇਖ ਲੈਣ ਦਿਓ ਉਹਨਾਂ ਨੂੰ, ਤਾਂ ਕਿ ਮਹਾਰਾਜ ਅੱਗੇ ਤੋਂ ਐਸਾ ਨਾ ਕਰਨ, ਅਸੀਂ ਬੜੀ ਬੜੀ ਦੂਰ ਜਾਣਾ ਮਹਾਰਾਜ ਆਪ ਜੀ ਨਾਲ। ਹਾਂਜੀ। ਬਹੁਰ ਨਾ ਬਚ ਹੋ ਰਹੇ ਕਹੋ ਸੋ ਲੋ ਰਹੇ ਆਹੇ ਸੇ ਮੁਖੀ ਤਤ ਤਾਹੇ। ਗੱਜ ਕੇ ਆਖੋ ਵਾਹਿਗੁਰੂ ਮਹਾਰਾਜ। ਫਿਰ ਇੱਕ ਵਾਰੀ ਹੁਣ ਤੁਸੀਂ ਕੁਝ ਸਮਾਂ ਰਹਿਣ ਦੋਗੇ ਨਾ, ਫਿਰ ਮਹਾਰਾਜ ਬਾਅਦ ਵਿੱਚ ਤੁਹਾਡਾ ਬਚਨ ਨਹੀਂ ਮੋੜਨਗੇ ਮਹਾਰਾਜ, ਫਿਰ ਤਤਕਾਲ ਹੀ ਬਚਨ ਮੰਨਿਆ ਕਰਨਗੇ ਆਪ ਜੀ ਦਾ। ਹਾਂਜੀ। ਸੁਣੀਏ ਸ਼ਰੁਤ ਬਾਲਾ ਬੁੱਧ ਵਿਸਾਲਾ ਸੰਗ ਲਏ ਕੀ ਲਾਜ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿੰਦੇ ਬਾਲੇ ਸਾਡੀ ਗੱਲ ਸੁਣ, ਮਰਦਾਨਾ ਜਿਹੋ ਜਿਹਾ ਵੀ ਹੈ ਨਾ ਅਸੀਂ ਨਾਲ ਲਿਆ ਮਹਾਰਾਜ ਕਹਿੰਦੇ, ਤੇ ਨਾਲ ਲਏ ਦੀ ਨਾ ਲਾਜ ਹੁੰਦੀ ਹੈ। ਲਾਜ ਦਾ ਅਰਥ ਪਤਾ ਕੀ ਹੁੰਦਾ? ਗਲਤ ਕੰਮ ਭਾਵੇਂ ਦੂਜੇ ਨੇ ਵੀ ਕਰਤਾ, ਪਰ ਜਿਹਦੀ ਲਾਜ ਹੋਵੇ ਨਾ ਫਿਰ ਸਾਂਝਾ ਹੀ ਬਣਦਾ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਕਿਉਂਕਿ ਉਹਦੀ ਲਾਜ ਹੈ ਨਾ, ਉਹਦੀ ਲਾਜ ਹੈ। ਮਹਾਰਾਜ ਕਹਿੰਦੇ ਮਰਦਾਨੇ ਕੋ ਗਲਤੀ ਹੋ ਗਈ, ਪਰ ਹੁਣ ਕਰਨਾ ਤੇ ਠੀਕ ਸਾਨੂੰ ਪੈਣਾ ਨਾ ਮਹਾਰਾਜ ਕਹਿੰਦੇ। ਹਾਂਜੀ। ਬਹੁ ਭੁੱਖ ਸੁਭਾਉ ਧੀਰੋ ਨਸਾਉ। ਮਹਾਰਾਜ ਕਹਿੰਦੇ ਕੋਈ ਨੀ, ਉਹਦਾ ਸੁਭਾਅ ਹੈ, ਉਹਨੂੰ ਭੁੱਖ ਲੱਗਦੀ ਹੈ ਤੇ ਉਹ ਧੀਰਜ ਨਹੀਂ ਧਾਰਦਾ। ਹਾਂਜੀ। ਪੁੰਨ ਤਹਿ ਸੋ ਹਮ ਕਾਜ। ਪਰ ਮਹਾਰਾਜ ਕਹਿੰਦੇ ਬਾਲੇ ਇੱਕ ਗੱਲ ਦਾ ਚੇਤਾ ਰੱਖ, ਮਰਦਾਨੇ ਨਾਲ ਸਾਨੂੰ ਬੜਾ ਕੰਮ ਹੈ ਮਹਾਰਾਜ ਕਹਿੰਦੇ। ਕਿਉਂ? ਬਾਰ ਬਾਰ ਕਹਿਣਾ ਮਰਦਾਨੇ ਛੇਰ ਤਾਰ ਬਾਣੀ ਆਈ ਹੈ, ਇਹ ਧੁਰੋਂ ਬਖਸ਼ਾ ਕੇ ਨਾਲ ਲਏ ਹੈ। ਹਾਂਜੀ। ਸਿਮਰਨ ਮਮ ਕਰਤਾ ਅਬ ਉਹ ਡਰਤਾ ਚਲਹੋ ਛੁਟਾਵਹਿ ਤਾਸ। ਮਹਾਰਾਜ ਕਹਿੰਦੇ ਬਾਲਿਆ ਮਰਦਾਨਾ ਸਾਨੂੰ ਭੇਡੂ ਬਣਿਆ ਚਾਦ ਬੜਾ ਕਰਨ ਦਿਆ, ਕਹਿੰਦੇ ਬਾਰ ਬਾਰ ਬੇਨਤੀਆਂ ਕਰਨ ਦਿਆ ਸਾਨੂੰ ਖਿੱਚ ਪੈ ਰਹੀ ਹੈ। ਮਹਾਰਾਜ ਕਹਿੰਦੇ ਚੱਲ ਮਰਦਾਨੇ ਦਾ ਦੁੱਖ ਦੂਰ ਕਰੀਏ। ਹਾਂਜੀ। ਇਉਂ ਕਹਿ ਗੁਰਪੂਰਨ ਗਵਨੇ ਤੂਰਨ ਦੁੱਖ ਭੰਜਨ ਨਿਜ ਦਾਸ। ਪੂਰਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਇਹ ਬਚਨ ਕਰਕੇ ਤੇ ਮਹਾਰਾਜ ਉਸੇ ਸਮੇਂ ਤੁਰ ਪਏ ਆਪਣੇ ਸਿੱਖਾਂ ਦਾ ਦੁੱਖ ਦੂਰ ਕਰਨ ਵਾਸਤੇ। ਹਾਂਜੀ। ਕਬਿਤ ਮੋਕੋਲੀ ਨੋ ਸੰਗ ਅਰ ਬਿੰਦ ਨੈਣ ਗਏ ਤਾਂ ਇੰਡਕੋ ਕੋ ਰੂਪ ਮਰਦਾ ਨਾ ਜਹਾਂ ਬੈਸਿਆ। ਕਹਿੰਦੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ 'ਚ ਸੋਟਾ, ਮਹਾਰਾਜ ਅੱਗੇ ਅੱਗੇ ਚੱਲਣ ਅਤੇ ਮੈਂ ਮਹਾਰਾਜ ਦੇ ਪਿੱਛੇ ਪਿੱਛੇ, ਕਿਸੇ ਕੋ ਮਹਾਰਾਜ ਨੇ ਪੁੱਛਿਆ ਨਹੀਂ। ਨਗਰ ਵਿੱਚ ਸੱਚੇ ਪਾਤਸ਼ਾਹ ਗਏ ਅਤੇ ਮਹਾਰਾਜ ਉਸ ਥਾਂ 'ਤੇ ਪਹੁੰਚ ਗਏ ਜਿੱਥੇ ਭਾਈ ਮਰਦਾਨੇ ਨੂੰ ਭੇਡੂ ਬਣਾ ਕੇ ਰੱਖਿਆ ਸੀਗਾ, ਬੰਨਿਆ ਸੀਗਾ ਜੀ, ਬੰਨਿਆ ਸੀਗਾ। ਹਾਂਜੀ। ਹੇਰ ਕਰ ਦੂਰ ਹੀ ਤੇ ਪੂਰ ਹਰ ਖਾਏ ਉੱਠਿਓ ਨਾਸਾ ਫੁਰ ਕਾਏ ਖੁਰ ਅਵਨੀ ਹਨੇਸਿਆ। ਤੇ ਭਾਈ ਬਾਲਾ ਜੀ ਨੇ ਦ੍ਰਿਸ਼ ਵੇਖਿਆ ਤੇ ਦੱਸਣ ਦੇ ਗੁਰੂ ਅੰਗਦ ਸਾਹਿਬ ਨੂੰ, ਕਹਿੰਦੇ ਮਹਾਰਾਜ ਮੈਂ ਵੇਖਿਆ ਜਿਹੜੇ ਭੇਡੂ ਵਾਹਿਗੁਰੂ ਭਾਈ ਮਰਦਾਨਾ ਜੀ ਭੇਡੂ ਦੇ ਰੂਪ 'ਚ ਸਨ ਨਾ, ਤੇ ਜਦੋਂ ਵੇਖ ਲਿਆ ਵੀ ਹੁਣ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੇਰੇ ਮਾਲਕ ਆ ਗਏ ਹੈ, ਭੇਡੂ ਦੇ ਸਰੀਰ 'ਚ ਮਾਰਨ ਲੱਗ ਪਏ ਫੜਾਕੇ ਜੀ। ਗੱਜ ਕੇ ਆਖੋ ਵਾਹਿਗੁਰੂ। ਖੁਸ਼ ਹੋ ਗਏ ਜੀ। ਕਿਉਂ ਖੁਸ਼ ਹੋ ਗਏ? ਵੀ ਮੈਨੂੰ ਛਡਾਉਣ ਵਾਲੇ ਆ ਗਏ ਹੈ। ਹਾਂਜੀ। ਪਿਆ ਪਿਆ ਭਿਆ ਭਨੈ ਮੁੱਖ ਔਰ ਨਾ ਚਲੈ ਬਸ ਦੇਖ ਦ੍ਰਿਖ ਬਿਗ ਸਤ ਬਦਨ ਕੁਸੇਸਿਆ। ਕਹਿੰਦੇ ਭੈ ਭੈ ਕਰਨ ਲੱਗ ਪਏ ਸਰੀਰ ਚੋਂ, ਵਸ ਨਹੀਂ ਸੀ ਚੱਲਦਾ ਵੀ ਮਹਾਰਾਜ ਦੇ ਚਰਨਾਂ 'ਚ ਮੱਥਾ ਰੱਖ ਦੇਣ, ਬੱਝੇ ਪਏ ਤੇ ਬੜੇ ਖੁਸ਼ੀ ਦੇ ਨਾਲ ਸਿਰ ਮਾਰਨ ਭੈ ਭੈ ਕਰਨ। ਹਾਂਜੀ। ਗਏ ਤਿਸ ਆਲੇ ਦਿਆਲ ਦਰ ਠਾਂਡੇ ਪਏ ਸੁੰਦਰ ਸਰੀਰ ਚੀਰ ਸਜੇ ਸੁਭ ਬੈਸਿਆ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੁੰਦਰ ਬਸਤਰ ਪਾਏ, ਮਹਾਰਾਜ ਦਰਵਾਜ਼ੇ 'ਚ ਖਲੋ ਗਏ ਜਾ ਕੇ ਜੀ, ਅਤੇ ਆਸਾ ਹੱਥ ਵਿੱਚ ਸੀਗਾ। ਮਹਾਰਾਜ ਨੇ ਸੋਟੇ ਨਾਲ ਇਸ ਤਰ੍ਹਾਂ ਆਸੇ ਨਾਲ ਸੋਟੇ ਨਾਲ ਇਸ ਤਰ੍ਹਾਂ ਦੋ ਤਿੰਨ ਵਾਰੀ ਸੋਟਾ ਜ਼ਮੀਨ 'ਤੇ ਮਾਰਿਆ। ਭਾਈ ਮਰਦਾਨਾ ਜੀ ਸਾਹਮਣੇ ਬੜੇ ਖੁਸ਼। ਭਾਈ ਬਾਲਾ ਜੀ ਕਹਿੰਦੇ ਮੈਂ ਪਿੱਛੇ ਖਲੋਤਾ ਸਾਂ ਮਹਾਰਾਜ ਦੇ। ਹਾਂਜੀ। ਕਾਮਨੀ ਜੇ ਕਾਮਰਤ ਭੋਗ ਅਬਿਲਖ ਔਰ ਹੇਰ ਕਰ ਧਾਮ ਦਾਰਕ ਚਾਮਲੀ ਅਪਾਰ ਹੀ। ਗੁਰੂ ਜੀ ਨੇ ਮੈਨੂੰ ਇਸ਼ਾਰਾ ਕੀਤਾ, ਮੈਂ ਵੀ ਅੱਗੇ ਹੋ ਗਿਆ ਅਤੇ ਦੱਸਣ ਦੇ ਹੈ, ਕਹਿੰਦੇ ਮਹਾਰਾਜ ਉਸ ਸਮੇਂ ਨਾ ਉੱਥੇ ਜਿਹੜੀਆਂ ਇਸਤਰੀਆਂ ਬੈਠੀਆਂ ਸਨ ਉਹ ਬੜੀਆਂ ਵਕਾਰੀ ਸਨ। ਹਾਂਜੀ। ਹੁਤੀ ਚਾਰ ਬੈਠ ਤਾਂ ਦੋਏ ਉੱਠ ਦੌਰ ਆਈ ਤੰਤ ਲੀਏ ਹੱਥ ਮੰਤ ਮੁੱਖ ਤੇ ਉਚਾਰ ਹੀ। ਕਹਿੰਦੇ ਉਸੇ ਸਮੇਂ ਚਾਰ ਇਸਤਰੀਆਂ ਜਿਹੜੀਆਂ ਬੈਠੀਆਂ ਸੀ, ਦੋ ਉਹਨਾਂ 'ਚੋਂ ਉੱਠੀਆਂ, ਉਹਨਾਂ ਤਵੀਤ ਫੜਿਆ, ਮੰਤਰ ਪੜ੍ਹਦੀਆਂ ਭਾਈ ਬਾਲਾ ਜੀ ਵੱਲ ਦੌੜ ਆਈਆਂ ਜੀ ਉਹ। ਹਾਂਜੀ।
ਲੋਚਨ ਨਚਾਏ ਹਾਵ ਭਾਵ ਦਿਖ ਰਾਏ ਕਰ ਮੁਖ ਮੁਸਕਾਏ ਉਰ ਹਰਖ ਸੁਧਾਰ। ਬਸ ਅੱਖਾਂ ਵਿਖਾਉਂਦੀਆਂ ਹਾਵ ਭਾਵ ਵਿਖਾਉਂਦੀਆਂ, ਭਾਈ ਬਾਲਾ ਜੀ ਕਹਿੰਦੇ ਮੇਰੇ ਵੱਲ ਆਉਂਦੀਆਂ ਸਨ, ਤੇ ਜਦੋਂ ਮੇਰੇ ਵੱਲ ਆਉਂਦੀਆਂ ਮੈਂ ਸੋਚਿਆ ਕਿਤੇ ਮੈਨੂੰ ਵੀ ਨਾ ਬਣਾ ਲੈਣਾ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਮੈਂ ਉਸੇ ਵੇਲੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਲਿਆ। ਹਾਂਜੀ, ਮੇਰੇ ਘਰ ਤੰਤ ਜਬ ਡਾਰਨ ਲੱਗੀ ਹੈ ਇੱਕ ਭਈ ਤਤਕਾਲ ਮੀਡੀ ਕੁੱਟ ਕੁਲਟਾ ਕੁਨਾ ਰਹੀ। ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਾਰ ਲਿਆ, ਤੇ ਜਦੋਂ ਉਹਨੇ ਮੇਰੇ ਗਲ ਚ ਤਵੀਤ ਪਾਉਣ ਲੱਗੀ ਨਾ ਬੀਬੀ, ਜਿਹੜੀ ਬੀਬੀ ਤਵੀਤ ਪਾਉਣ ਲੱਗੀ ਉਹ ਆਪ ਹੀ ਭੇਡੂ ਬਣ ਗਈ। ਕਹਿੰਦੇ ਜੀ ਉਹ ਆਪ ਹੀ ਭੇਡੂ ਬਣ ਗਈ, ਕਿਉਂ? ਮਹਾਰਾਜ ਦੇ ਚਰਨਾਂ ਦਾ ਜੂ ਧਿਆਨ ਧਰਿਆ ਸੀ ਭਾਈ ਬਾਲਾ ਜੀ ਨੇ। ਹਾਂਜੀ, ਸਵਈਆ ਦੂਸਰੀ ਦੌਰ ਗਈ ਦਿਸ਼ ਸ਼੍ਰੀ ਗੁਰ ਸੋ ਉਕਸੀ ਤੰਤ ਪਾਵਨ ਹੇ। ਤੇ ਦੂਜੀ ਬੀਬੀ ਨੇ ਵੇਖਿਆ ਨੀ ਵੀ ਪਹਿਲੀ ਭੇਡੂ ਬਣੀ ਹੈ, ਉਹਦਾ ਧਿਆਨ ਹੀ ਨਹੀਂ, ਉਹ ਮਹਾਰਾਜ ਵੱਲ ਭੱਜੀ ਜਾ ਰਹੀ ਸੀ ਸੱਚੇ ਪਾਤਸ਼ਾਹ ਵੱਲ। ਹੱਥ 'ਚ ਤਵੀਤ ਫੜਿਆ, ਮੰਤਰ ਜਪਦੀ ਜਪਦੀ ਗੁਰੂ ਨਾਨਕ ਸਾਹਿਬ ਵਾਲੇ ਪਾਸੇ ਗਈ ਜੀ। ਹਾਂਜੀ, ਹੋਏ ਗਈ ਸ਼ਰਮਾ ਤਨ ਤੂਰਨ ਪੂਰਨ ਕੀ ਅਵਗਿਆ ਦੁੱਖ ਹੇਤੁ। ਤੇ ਉਹ ਫਿਰ ਪਤਾ ਕੀ ਬਣ ਗਈ ਜੀ, ਉਹ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਧ ਸੰਗਤ ਜੀ ਤਵੀਤ ਪਾ ਕੇ ਮਹਾਰਾਜ ਨੂੰ ਵਸ 'ਚ ਕਰਨ ਲੱਗੀ ਸੀ, ਉਹਦਾ ਆਪਣਾ ਹੀ ਸਰੀਰ ਕੁੱਤੀ ਦਾ ਬਣ ਗਿਆ ਜੀ। ਹਾਂਜੀ, ਇਹ ਸਰੀਰ ਬਣ ਗਿਆ ਉਹਦਾ ਜੀ, ਉਹਨੂੰ ਗੁਰੂ ਸਾਹਿਬ ਮਹਾਰਾਜ ਏਡੇ ਵੱਡੇ। ਹਾਂਜੀ, ਔਰ ਹੁਤੀ ਡਰ ਧਾਰ ਹਿਰਦੈ ਪਿਖ ਭਜ ਬਰੀ ਤਤਕਾਲ ਨਿਕੇ। ਜਿਹੜੀਆਂ ਦੋ ਬੀਬੀਆਂ ਸੀ ਉਹ ਤੇ ਡਰ ਕੇ ਹੀ ਭੱਜ ਗਈਆਂ ਹੈ, ਇਹ ਤੇ ਸਾਡੇ ਮੰਤਰ ਸਾਡੇ ਤੇ ਹੀ ਪੁੱਠੇ ਪੈਣ ਦੇ ਹੈ। ਹਾਂਜੀ, ਮੇਖ ਕੇ ਸੰਗ ਬਦਿਓ ਫੁਰ ਕੈ ਬਹੁ ਸ੍ਰੀ ਗੁਰ ਕੋ ਨਿਜ ਦੇਵਨ ਭੇਤੂ। ਤੇ ਕਹਿੰਦੇ ਉਹ ਦੋ ਬੀਬੀਆਂ ਭੱਜ ਗਈਆਂ, ਇੱਕ ਭੇਡੂ ਬਣੀ ਬੈਠੀ ਸੀ, ਇੱਕ ਦਾ ਸਰੀਰ ਕੁੱਤੀਆਂ ਵਾਲਾ ਹੋ ਗਿਆ, ਤੇ ਸਾਧ ਸੰਗਤ ਸਾਹਮਣੇ ਭਾਈ ਮਰਦਾਨਾ ਜੀ ਭੇਡੂ ਬਣੇ, ਸਿਰ ਮਾਰਾ ਵੀ ਮਾਰਾ ਮੇਰੇ ਗੱਲ ਚੋਂ ਸੰਗਲ ਖੋਲੋ, ਮਾਰਾ ਮੈਨੂੰ ਆਜ਼ਾਦ ਕਰਾਓ ਸੱਚੇ ਪਾਤਸ਼ਾਹ। ਹਾਂਜੀ, ਕਬਿਤ ਬੋਲੇ ਤਬ ਨਾਨਕ ਜੀ ਜਾਹੋ ਅਬ ਬਾਲਾ ਤੁਮ ਕੰਠ ਮਰਦਾਨੇ ਕੇ ਤੋ ਤੋਰ ਡਾਰ ਬੰਦਨਾ। ਮਹਾਰਾਜ ਸੱਚੇ ਪਾਤਸ਼ਾਹ ਫਿਰ ਭਾਈ ਬਾਲਾ ਜੀ ਨੂੰ ਕਹਿਣ ਲੱਗੇ, ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਕਥਾ ਸੁਣਾਈ, ਕਹਿੰਦੇ ਮਹਾਰਾਜ ਮੈਨੂੰ ਫਿਰ ਮਹਾਰਾਜ ਕਹਿਣ ਲੱਗੇ ਜਾ ਬਾਲਿਆ ਆ ਸਾਹਮਣਾ ਜਿਹੜਾ ਭੇਡੂ ਆਪਣਾ ਮਰਦਾਨਾ ਸਾਹਮਣੇ ਜਿਹੜਾ ਭੇਡੂ ਹੈ ਇਹਦੇ ਗੱਲ ਚੋਂ ਤਵੀਤ ਤੋੜ ਦੇ ਮਹਾਰਾਜ ਕਹਿੰਦੇ। ਹਾਂਜੀ, ਆਇਸ ਕੋ ਪਾਏ ਤਾਤ ਕਾਲ ਢਿੱਗ ਜਾਏ ਕਰ ਕੰਠ ਜਿਉ ਤੰਤ ਸੋ ਕੀਨੋ ਹੈ ਨਿਕੰਦਨਾ। ਕਹਿੰਦੇ ਮੈਂ ਮਹਾਰਾਜ ਦੀ ਆਗਿਆ ਮੰਨੀ ਸੱਚੇ ਪਾਤਸ਼ਾਹ ਜੀ ਦੇ, ਤਤ ਕਾਲ ਗਿਆ ਰੱਸੀ ਖੋਲੀ ਤੇ ਤਵੀਤ ਵੱਢ ਦਿੱਤਾ। ਹਾਂਜੀ, ਮਾਨਕ ਮਾਨਵ ਕੀ ਦੇਹ ਭਈ ਫੇਰ ਮਰ ਦਾਨੇ ਹੂੰ ਕੀ ਆਈ ਗੁਰ ਪੂਰਨ ਕੋ ਕੀਨ ਤਬ ਬੰਦਨਾ। ਬਸ ਉਸੇ ਵੇਲੇ ਹੀ ਭਾਈ ਮਰਦਾਨਾ ਜੀ ਦਾ ਸਰੀਰ ਫਿਰ ਪਹਿਲਾਂ ਵਾਲਾ ਬਣ ਗਿਆ ਜੀ, ਪਹਿਲਾਂ ਵਾਲਾ ਸਰੀਰ ਬਣ ਗਿਆ, ਤੇ ਭਾਈ ਮਰਦਾਨਾ ਜੀ ਨੇ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਸਿਰ ਰੱਖਿਆ ਤੇ ਮਾਫੀ ਮੰਗੀ। ਹਾਂਜੀ, ਵੱਡੀ ਜੋ ਬਲਾਈ ਤਿੰਨ ਬਾਹੇ ਲਈਏ ਬਹਿਰਤ ਸੁਦੋ ਮਨ ਮੇਰੋ ਹੂੰ ਸੋ ਜਾਨੋ ਸ਼ਦ ਬਦਨਾ। ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਤੇ ਵੱਡੀਆਂ ਬਲਾਵਾਂ ਤੋਂ ਛਡਾ ਤਾ, ਮਹਾਰਾਜ ਇਹ ਬੀਬੀਆਂ ਨੀ ਤੇ ਬੁਲਾਵਾਂ ਸਨ ਬੁਲਾਵਾਂ। ਸੱਚੇ ਪਾਤਸ਼ਾਹ ਤੁਸੀਂ ਤੇ ਮਹਾਰਾਜ ਮੇਰਾ ਮਨ ਸਿੱਧਾ ਕਰਤਾ ਸੱਚੇ ਪਾਤਸ਼ਾਹ। ਹਾਂਜੀ, ਨਾਨਕ ਬਖਾਨਾ ਸੁਨ ਕਾਨ ਮਰਦਾਨਾ ਨਹਿ ਬੈਨ ਮਨ ਮਮ ਬਨ ਤੁਮ ਕਰੀ ਮਨ ਭਾਈਆ। ਕਹਿੰਦੇ ਮਰਦਾਨਿਆ ਹੋਰ ਨਾ ਮਨ ਬਚਨ, ਗੱਜ ਕੇ ਆਖੋ। ਮਹਾਰਾਜ ਕਹਿੰਦੇ ਪਤਾ ਕਿਉਂ ਹੋਇਆ, ਤੂੰ ਬਚਨ ਨਹੀਂ ਮੰਨਿਆ, ਤੈਨੂੰ ਮਨਾ ਕੀਤਾ ਸੀ ਵੀ ਮਰਦਾਨਿਆ ਨਗਰ ਵਿੱਚ ਨਾ ਜਾਈ। ਹਾਂਜੀ, ਭਨਤ ਪਰਸ ਪਰ ਐਸੇ ਹੀ ਬਚਨ ਗੁਰ ਤਾਹੇ ਕਾਲ ਵਿਖੇ ਕੰਤ ਅੰਗਨਾ ਕੇ ਆਈਆ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਅਜੇ ਬਚਨ ਹੀ ਕਰਨ ਦੇ ਸਨ, ਤੇ ਉਹਨਾਂ ਬੀਬੀਆਂ ਦੇ ਦੋਵਾਂ ਦੇ ਘਰ ਵਾਲੇ ਉਹਨਾਂ ਨੂੰ ਲੱਭਦੇ ਲੱਭਦੇ ਆ ਗਏ ਜੀ। ਉਹ ਦੂਜੀਆਂ ਬੀਬੀਆਂ ਨੇ ਦੱਸਤਾ ਕਿਤੇ ਵੀ ਉਹ ਤੇ ਉੱਥੇ ਹੈ, ਇਹ ਕਾਹ ਬਣ ਗਈ ਤੇ ਕਾਹ ਬਣ ਗਈ। ਹਾਂਜੀ, ਦੌਰ ਕਰ ਕੂਕਰੀ ਉਹ ਮੀਟ ਗਈ ਪਤ ਪਾਸ ਗੁਰੂ ਦਿਸ਼ ਗੁਰੂ ਦਿਜ ਹੋਏ ਬਾਰ ਬਾਰ ਤਾਂ ਬਤਾਈਆ। ਗੱਜ ਕੇ ਆਖੋ ਵਾਹਿਗੁਰੂ। ਉਹ ਦੋਵੇਂ ਹੀ ਇੱਕ ਸਰ ਭੇਡੂ ਵਾਲਾ ਸਰੀਰ ਹੈ, ਇੱਕ ਦਾ ਕੁੱਤੀ ਵਾਲਾ ਸਰੀਰ ਹੈ, ਤੇ ਦੋਵੇਂ ਆਪੋ ਆਪਣੇ ਪਤੀਆਂ ਕੋਲ ਚਲੇ ਗਈਆਂ ਜੀ, ਤੇ ਉਹਨਾਂ ਨੂੰ ਫੜ ਕੇ ਨਾ ਉਹਨਾਂ ਦੇ ਪਜਾਮੇ ਕੱਪੜੇ ਫੜ ਫੜ ਮਹਾਰਾਜ ਵਾਲੇ ਪਾਸੇ ਖੜਨ, ਵੀ ਇਹਨੇ ਬਣਾਇਆ ਹੀ ਸਾਨੂੰ, ਇਹਨਾਂ ਬਣਾਇਆ ਹੀ ਸਾਨੂੰ। ਹਾਂਜੀ,
ਬੋਲਣ ਸ਼ਕਤ ਨਹੀਂ ਇਤ ਉਤ ਦੌਰੀ ਫਿਰ ਲਾਂਗੁਲ ਹਿਲਾਏ ਫੁਰ ਰਾਏ ਸਮਝਾਈਆ। ਪੁੱਛਾਂ ਹਿਲਾਉਂਦੀਆਂ ਭੈ ਭੈ ਕਰਦੀਆਂ ਆਪਣੇ ਪਤੀਆਂ ਨੂੰ ਸਮਝਾਉਂਦੀਆਂ ਸਨ ਪਰ ਬੋਲ ਨਹੀਂ ਸੀ ਸਕਦੀਆਂ ਜੀ। ਹਾਂਜੀ। ਤੀਅ ਨਿਜ ਦੇਖ ਕਰ ਚਿੰਤ ਮੈਂ ਵਿਸ਼ੇਖ ਭਏ ਜਾਣੇ ਕਲਾਵਾਨ ਇਹ ਸੰਤ ਕੋ ਆਈਆ। ਸਾਧ ਸੰਗਤ ਜੀ ਉਹਨਾਂ ਦੇ ਪਤੀ ਸੋਚਣ ਆਪਣੀਆਂ ਪਤੀਆਂ ਦਾ ਹਲਾ ਪਤਨੀਆਂ ਦਾ ਹਾਲਾਤ ਵੇਖ ਕੇ ਵੀ ਇਹ ਜਿਹੜੇ ਸਾਹਮਣੇ ਪੁਰਸ਼ ਖਲੋਤੇ ਕੋਈ ਵੱਡੇ ਕਲਾਵਾਨ ਹਨ, ਬੜੇ ਵੱਡੇ ਸੰਤ ਹਨ ਜਿਨ੍ਹਾਂ 'ਤੇ ਅਸਰ ਹੀ ਕੋਈ ਨਹੀਂ ਚੱਲਿਆ। ਮਾੜੇ ਮੋਟੇ ਬੰਦੇ 'ਤੇ ਤਾਂ ਅਸਰ ਚੱਲੇ, ਅਤੇ ਜਿਹੜੇ ਖੁਦ ਮਾਲਕ ਪਰਮੇਸ਼ਰ ਸੱਚੇ ਪਾਤਸ਼ਾਹ ਉਹਨਾਂ 'ਤੇ ਕੀ ਅਸਰ ਚੱਲਣਾ ਸਾਧ ਸੰਗਤ ਜੀ। ਹਾਂਜੀ। ਤਾਮਨ ਹੈ ਕਿਨੋ ਇਹ ਭਇਓ ਵਿਪਰੀਤ ਸੋ ਕੂ ਕਰੀਓ ਮੀਡੀ ਬਨ ਮਨ ਦੁੱਖ ਪਾਈਆ। ਉਹ ਸੋਚਣਦੇ ਵੀ ਸਗੋਂ ਚੰਗਾ ਹੋਇਆ ਸਾਡੀਆਂ ਪਤਨੀਆਂ ਤੰਗ ਬੜਾ ਕਰਦੀਆਂ ਸੀ ਸਾਰਿਆਂ ਨੂੰ, ਹੁਣ ਇਹ ਸਰੀਰ ਪਾ ਕੇ ਦੁੱਖ ਪਾਉਂਦੀਆਂ ਨੇ। ਹਾਂਜੀ। ਚਲੇ ਨਹਿ ਜਾਏ ਇਸ ਬਿੱਦ ਕੀ ਬਣਾਏ ਅਬ ਕਿਨੀ ਖਤਾ ਸੋ ਲੇਹ ਜਾਂ ਤੇ ਬਖਸ਼ਾਈਆ। ਹੁਣ ਉਹ ਸੋਚਣਦੇ ਉਹਨਾਂ ਦੇ ਪਤੀ ਵੀ ਕਿਵੇਂ ਨਾ ਕਿਵੇਂ ਇਸ ਗੁਰੂ ਕੋਲੋਂ ਭੁੱਲ ਵੀ ਬਖਸ਼ਾ ਲਈਏ, ਇਸ ਸੰਤ ਕੋਲੋਂ ਭੁੱਲ ਬਖਸ਼ਾ ਲਈਏ, ਚਲੋ ਹੈ ਤੇ ਸਾਡੀਆਂ ਪਤਨੀਆਂ ਹੀ ਨੇ ਨਾ। ਹਾਂਜੀ। ਦੌਰ ਦੋਨੋਂ ਮੇਰੇ ਹੀ ਚਰਨ ਗਹੇ ਆਨਕਾਰ ਭਲੇ ਮਨ ਦੀਨ ਕੀਨੀ ਬੇਨਤੀ ਵਡਾਈਆ। ਦੌਰ ਦੋਨੋਂ ਮੇਰੇ ਹੀ ਚਰਨ ਗਹੇ ਆਨ ਪਏ। ਭਾਈ ਬਾਲਾ ਜੀ ਕਹਿੰਦੇ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹਨਾਂ 'ਚੋਂ ਮੁਖੀ ਕੌਣ ਹੈ। ਭਾਈ ਬਾਲਾ ਜੀ ਕਹਿੰਦੇ ਉਹਨਾਂ ਦੇ ਪਤੀ ਦੋਵੇਂ ਮੇਰੇ ਪੈਰ ਆ ਕੇ ਫੜ ਲਏ, ਉਹਨਾਂ ਨੇ ਕਹਿੰਦੇ ਜੀ ਬਖਸ਼ ਲਓ ਬਖਸ਼ ਲਓ। ਹਾਂਜੀ। ਬਾਨੀ ਮੈਂ ਬਖਾਨੀ ਜਾਹੋ ਤਾਹੇ ਪਾਸ ਬੰਦ ਪਾਨੀ ਬਖਸ਼ਨ ਹਾਰ ਸੋ ਖਤਾ ਕੀ ਨੀ ਜਾਹੀ ਕੀ। ਕਹਿੰਦੇ ਮੈਂ ਫਿਰ ਆਖਿਆ ਉਹਨਾਂ ਦੇ ਪਤੀਆਂ ਨੂੰ ਵੀ ਮੈਨੂੰ ਕੁਝ ਨਾ ਆਖੋ, ਆ ਖਲੋਤੇ ਆ ਬਖਸ਼ਣ ਹਾਰ ਗੱਜ ਕੇ ਆਖੋ ਵਾਹਿਗੁਰੂ, ਇਹ ਖਲੋਤੇ ਆ ਬਖਸ਼ਣ ਹਾਰ, ਇਹਨਾਂ ਅੱਗੇ ਤਰਲਾ ਲਓ, ਇਹਨਾਂ ਦੇ ਅੱਗੇ ਗਲਤੀ ਕੀਤੀ ਉਹਨਾਂ ਨੇ। ਹਾਂਜੀ। ਧਾਏ ਕਰ ਪਾਰਕ ਪਾਏ ਗਹੇ ਜਾਏ ਗੁਰੂ ਨਾਨਕ ਕੇ ਦੂਰ ਅਬ ਕੀ ਜੈ ਰਿਸ ਕੀ ਨੀ ਜੋ ਗੁਨਾਹ ਕੀ। ਤੇ ਬਸ ਫਿਰ ਉਹਨਾਂ ਦੋਵਾਂ ਪਤੀਆਂ ਨੇ ਪਤਾ ਕੀ ਕੀਤਾ ਜੀ, ਗੁਰੂ ਨਾਨਕ ਸਾਹਿਬ ਜੀ ਦੇ ਚਰਨ ਫੜ ਲਏ, ਇੱਕ ਨੇ ਦੋਵਾਂ ਨੇ ਇੱਕ ਇੱਕ ਚਰਨ ਫੜ ਲਿਆ ਮਹਾਰਾਜ ਦਾ, ਕਹਿੰਦੇ ਮਹਾਰਾਜ ਸਾਡੀਆਂ ਪਤਨੀਆਂ ਕੋ ਭੁੱਲ ਹੋ ਗਈ ਸੱਚੇ ਪਾਤਸ਼ਾਹ। ਹਾਂਜੀ। ਜੋਖ ਤਾ ਕੁਚੀਲ ਨਾ ਹੈ ਜਾਣਤ ਹੈ ਸੰਤ ਛੀਲ ਭੂਲੀ ਮਤ ਸਦਾ ਜਿਨ ਕਾਮ ਭੋਗ ਚਾਹੇ ਕੀ। ਮਹਾਰਾਜ ਇਹ ਭ੍ਰਿਸ਼ਟੀਆਂ ਨੇ, ਕਾਮ ਵਾਸ਼ਨਾ 'ਚ ਬੁੱਧੀ ਨਾਸ ਹੋਈ ਪਈ ਹੈ, ਇਹਨਾਂ ਨੂੰ ਸੰਤਾਂ ਦਾ ਵੀ ਪਤਾ ਨਹੀਂ ਲੱਗਦਾ ਕੌਣ ਸੰਤ ਮਹੰਤ ਹੈ। ਮਹਾਰਾਜ ਤੁਹਾਡੀ ਸ਼ਕਤੀ ਨਹੀਂ ਸੀ ਜਾਣਦੀਆਂ। ਹਾਂਜੀ। ਕਰਮ ਕਮਾਇਓ ਜਸ ਪਾਇਓ ਫਲ ਇਨੇ ਤਸ ਸਾਧ ਉਪਕਾਰੀ ਹੋਤ ਇੱਛਾ ਨਾ ਹੈ ਕਾਹੇ ਕੀ। ਮਹਾਰਾਜ ਇਹਨਾਂ ਨੂੰ ਪਤਾ ਨਹੀਂ ਲੱਗਾ, ਤੁਸੀਂ ਤੇ ਮਹਾਰਾਜ ਸਾਧੂ ਸੰਤ ਹੋ ਤੇ ਸਾਧੂ ਸੰਤ ਉਪਕਾਰੀ ਹੁੰਦੇ ਹੈ, ਤੇ ਕਿਰਪਾ ਕਰੋ ਇਹਨਾਂ ਨੂੰ ਸਹੀ ਕਰ ਦਿਓ ਮੁੜ। ਹਾਂਜੀ। ਸਵਈਆ ਮੰਦ ਮਤੀ ਮਨ ਮੂਰਖ ਏ ਜਿਨ ਮਨ ਸੰਤਨ ਕੋ ਉੱਠ ਟਾਮਨ ਕੀਨਾ। ਤੇ ਉਹ ਕਹਿੰਦੇ ਮਹਾਰਾਜ ਭੈੜੀਆਂ ਮਤਾਂ ਵਾਲੀਆਂ, ਇਹਨਾਂ ਨੂੰ ਪਤਾ ਹੀ ਨਹੀਂ, ਇਹਨਾਂ ਸੰਤਾਂ ਤੇ ਹੀ ਟੂਣਾ ਚਲਾ ਤਾ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਗੁਰੂ ਨਾਨਕ ਸਾਹਿਬ ਬੜੇ ਵੱਡੇ ਹੈ। ਗੁਰੂ ਨਾਨਕ ਸਾਹਿਬ ਕੌਣ ਨੇ? ਬੜੇ ਵੱਡੇ ਹੈ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਬੜਾ ਜਪ ਤਪ, 36 ਲੱਖ ਮੂਲ ਮੰਤਰ ਦਾ ਜਾਪ ਗੁਰਮੁਖ ਪਿਆਰੇ ਦੱਸਦੇ ਹੈ ਉਹਨਾਂ ਨੇ ਕੀਤਾ ਸੀਗਾ ਜੀ। ਇਹਦੇ ਤੋਂ ਬਾਅਦ 8 ਪਹਿਰ ਉਹਨਾਂ ਅੰਦਰ ਮੂਲ ਮੰਤਰ ਚੱਲਦਾ ਹੁੰਦਾ ਸੀਗਾ, ਅਤੇ ਮਹਾਂਪੁਰਖ ਨਾ ਬਾਹਰ ਗਏ ਜੀ ਕਿਸੇ ਪਾਸੇ ਕਥਾ ਵਿਚਾਰ ਕਰਨ ਵਾਸਤੇ, ਅਤੇ ਜਦੋਂ ਬਾਹਰ ਕਥਾ ਕਰਨ ਵਾਸਤੇ ਗਏ ਅਤੇ ਨਾਲ ਬੜੇ ਸਿੰਘ ਹੁੰਦੇ ਸੀਗੇ, ਜਦੋਂ ਰੋਜ਼ ਲੰਘਣਾ ਉੱਥੋਂ ਕਥਾ ਕਰਨ ਲਈ ਜਾਣਾ ਅਤੇ ਰਸਤੇ 'ਚ ਇੱਕ ਤਾਂਤਰਿਕ ਰਹਿੰਦਾ ਸੀ ਇਹੋ ਜਿਹਾ ਜੀ, ਤੰਤਰ ਮੰਤਰ ਬੜੇ ਸਾਧੇ ਸੀ ਉਹਨੇ ਜੀ। ਉਹਨੇ ਵੇਖਿਆ ਵੀ ਇਹਨਾਂ ਦੀ ਬੜੀ ਪ੍ਰਭਤਾ, ਕਈ ਬੰਦੇ ਕਿਸੇ ਦੂਜੇ ਦੀ ਪ੍ਰਭਤਾ ਵੇਖ ਕੇ ਨਹੀਂ ਜਰਦੇ ਜੀ। ਉਹਨਾਂ ਪਤਾ ਕੀ ਕੀਤਾ ਜੀ, ਉਹਨੇ ਸਾਰੇ ਤੰਤਰਾਂ ਮੰਤਰਾਂ ਦਾ ਜ਼ੋਰ ਲਾ ਕੇ ਅਤੇ ਮਹਾਂਪੁਰਖਾਂ ਨੂੰ ਸੁੱਟਣਾ ਚਾਹਿਆ ਜੀ, ਮਹਾਂਪੁਰਖਾਂ ਨੂੰ ਸੁੱਟਣਾ ਚਾਹਿਆ। ਮਹਾਂਪੁਰਖ ਲੰਘ ਰਹੇ, ਉਹਨੇ ਪੂਰੇ ਤੰਤਰਾਂ ਮੰਤਰਾਂ ਦਾ ਜ਼ੋਰ ਲਾਇਆ, ਆਪਣੀਆਂ ਤਾਕਤਾਂ ਭੇਜੀਆਂ ਅਤੇ ਮਹਾਂਪੁਰਖਾਂ ਨੇ ਦ੍ਰਿਸ਼ਟੀ ਪਾਈ ਅਤੇ ਉਹਦੇ 'ਤੇ ਹੀ ਉਲਟਾ ਅਸਰ ਹੋ ਗਿਆ ਜੀ, ਉਹਨੇ ਤਾਂ ਚਰਨ ਫੜ ਲਏ ਜੀ।
ਹੁਣ ਇਹ ਖੇਡ ਗੁਪਤ ਵਰਤੀ ਦੀ ਸਿੰਘਾਂ ਨੇ ਮਹਾਂਪੁਰਖਾਂ ਨੂੰ ਪੁੱਛਿਆ ਬੇਨਤੀ ਕੀਤੀ ਮਹਾਂਪੁਰਖੋ ਇਹ ਕੀ ਚੱਕਰ ਹੈ ਅਤੇ ਮਹਾਂਪੁਰਖਾਂ ਦੱਸਿਆ ਭਾਈ ਇਹ ਵਡਿਆਈ ਸਾਡੀ ਨਹੀਂ ਹੈ ਇੰਨੀ ਟਕਸਾਲ ਦਾ ਮੁਖੀ ਬਣਨਾ ਵਡਿਆਈ ਸਾਡੀ ਨਹੀਂ ਹੈ ਵਿਦਿਆਰਥੀ ਨਾਲ ਹੋਣੇ ਸੰਗਤ ਪਿਆਰ ਨਾਲ ਇਸ ਤਰ੍ਹਾਂ ਕਥਾ ਸੁਣਦੀ ਇਹ ਵਡਿਆਈ ਸਾਡੀ ਨਹੀਂ ਹੈ ਇਹ ਵਡਿਆਈ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਹੈ ਭਾਈ ਇਹਨੂੰ ਵਡਿਆਈ ਚੰਗੀ ਨਾ ਲੱਗੀ ਮਹਾਰਾਜ ਦੀ ਇਹਨੇ ਤੰਤਰਾਂ ਮੰਤਰਾਂ ਦਾ ਜ਼ੋਰ ਪਾਇਆ ਜਦੋਂ ਇਹਨੇ ਜ਼ੋਰ ਪਾਇਆ ਉਦੋਂ ਅਸੀਂ ਮੂਲ ਮੰਤਰ ਪੜ੍ਹ ਰਹੇ ਹਾਂ ਕਹਿੰਦੇ ਮੂਲ ਮੰਤਰ ਪੜ੍ਹ ਰਹੇ ਸਾਂ ਗੁਰੂ ਨਾਨਕ ਸਾਹਿਬ ਦੀ ਵਡਿਆਈ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਹੀ ਮੰਤਰ ਜਦੋਂ ਅਸੀਂ ਮੂਲ ਮੰਤਰ ਪੜ੍ਹ ਰਹੇ ਸਾਂ ਉਹ ਜਿੰਨਾ ਇਹਨੇ ਸਾਡੇ 'ਤੇ ਜ਼ੋਰ ਪਾਇਆ ਉਲਟਾ ਉਹਦੇ 'ਤੇ ਜਾ ਕੇ ਚੱਲ ਗਿਆ ਕਹਿੰਦੇ ਜੀ ਉਲਟਾ ਉਹਦੇ 'ਤੇ ਜਾ ਕੇ ਚੱਲ ਪਿਆ ਜੀ ਜਿਹੜੇ ਮਹਾਰਾਜ ਦੇ ਸਿੱਖ ਨੇ ਨਾ ਗੁਰੂ ਸਾਹਿਬ ਜੀ ਦੇ ਉਹਨਾਂ ਨੂੰ ਕਿਸੇ ਤੋਂ ਭੈ ਕਰਨ ਦੀ ਲੋੜ ਨਹੀਂ ਹੈ ਕਿਉਂ ਉਹਨਾਂ ਦੇ ਕੋਲ ਗੁਰਬਾਣੀ ਹੈ ਤੁਰ ਕੇ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਉਹਨਾਂ ਕੋਲ ਗੁਰਬਾਣੀ ਹੈ ਅਤੇ ਗੁਰਬਾਣੀ ਦਾ ਬੜਾ ਵੱਡਾ ਪ੍ਰਤਾਪ ਹੈ ਪਿਆਰਿਓ ਬੜਾ ਵੱਡਾ ਪ੍ਰਤਾਪ ਹੈ ਹੁਣ ਵੇਖ ਲਓ ਇਕੱਲੇ ਮੂਲ ਮੰਤਰ ਵਿੱਚ ਹੀ ਮਹਾਰਾਜ ਨੇ ਕਿੰਨੀਆਂ ਬਖਸ਼ਿਸ਼ਾਂ ਰੱਖੀਆਂ ਜੀ ਕਿੰਨੀਆਂ ਬਖਸ਼ਿਸ਼ਾਂ ਰੱਖੀਆਂ ਅਤੇ ਭਾਈ ਬਾਲਾ ਜੀ 'ਤੇ ਕਿਉਂ ਨਹੀਂ ਅਸਰ ਹੋਇਆ ਕਿਉਂਕਿ ਉਹਨਾਂ ਨੇ ਮਹਾਰਾਜ ਦਾ ਧਿਆਨ ਧਾਰ ਲਿਆ ਜੀ ਅਤੇ ਮੂਲ ਮੰਤਰ ਪੜ੍ਹਨਾ ਮੂਲ ਮੰਤਰ ਜਪਣਾ ਸਮਝੋ ਗੁਰੂ ਨਾਨਕ ਸਾਹਿਬ ਜੀ ਨੂੰ ਚੇਤੇ ਕਰਨ ਦੇ ਬਰਾਬਰ ਹੈ ਕਿਉਂਕਿ ਬਾਣੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ ਨਾ ਜੀ ਅਤੇ ਜਿਹੜਾ ਫਿਰ ਸੰਤਾਂ ਜਾ ਭਗਤਾਂ ਗੁਰਸਿੱਖਾਂ ਉੱਤੇ ਕੋਈ ਇਹੋ ਜਿਹੀ ਚੀਜ਼ ਕਰਦਾ ਉਲਟਾ ਫਿਰ ਉਹਦੇ 'ਤੇ ਹੀ ਬੁਰਾ ਅਸਰ ਹੋ ਜਾਂਦਾ ਹੈ ਉਹਨਾਂ ਦੇ ਪਤੀ ਮਹਾਰਾਜ ਦੇ ਚਰਨ ਫੜ ਕੇ ਕਹਿਣ ਕਹਿੰਦੇ ਮਹਾਰਾਜ ਇਹਨਾਂ ਨੂੰ ਕੀ ਪਤਾ ਸੀਗਾ ਹਾਂਜੀ ਠੌਰ ਕੁਠੌਰ ਨਾ ਜਾਣਤ ਹੈ ਨਿਤ ਆਤੁਰ ਕੰਮ ਤੇ ਹੋਤ ਅਧੀਨ ਮਹਾਰਾਜ ਇਹ ਤਾਂ ਥਾਂ ਕੁ ਥਾਂ ਵੀ ਨਹੀਂ ਵੇਖਦੀਆਂ ਅਤੇ ਸੱਚੇ ਪਾਤਸ਼ਾਹ ਹਰ ਇੱਕ ਤੋਂ ਮਹਾਰਾਜ ਸੱਚੇ ਪਾਤਸ਼ਾਹ ਹਰ ਇੱਕ ਨੂੰ ਆਪਣੇ ਵੱਸ ਕਰ ਲੈਂਦੀਆਂ ਨੇ ਹਾਂਜੀ ਆਪ ਕਰੋ ਕਰੁਣਾ ਕਰੁਣਾ ਕਰ ਤੋ ਸ਼ਰਦਾ ਪਰ ਨਾ ਹਮਲੀਨਾ ਤੇ ਮਹਾਰਾਜ ਹੁਣ ਤੁਸੀਂ ਮਿਹਰ ਕਰਦੇ ਹੋ ਸੱਚੇ ਪਾਤਸ਼ਾਹ ਇਹਨਾਂ ਦੀ ਭੁੱਲ ਬਖਸ਼ ਦਿਓ ਸੱਚੇ ਪਾਤਸ਼ਾਹ ਹਾਂਜੀ ਮਨ ਵੀ ਦੇਹ ਕਰੋ ਇਨ ਕੀ ਬਖਸ਼ੋ ਅਪਰਾਧ ਤੁਮੇ ਪ੍ਰਭ ਚੀਨਾ ਮਹਾਰਾਜ ਇਹਨਾਂ ਦਾ ਸਰੀਰ ਬਖਸ਼ ਪਹਿਲਾਂ ਵਾਲਾ ਕਰ ਦਿਓ ਸੁੱਧ ਬੁੱਧ ਪਹਿਲਾਂ ਵਾਲੀ ਕਰ ਦਿਓ ਸੱਚੇ ਪਾਤਸ਼ਾਹ ਹਾਂਜੀ ਗੁਰ ਨਾਨਕ ਆਨੰਦ ਬੈਨ ਪਨੈ ਗੁਰ ਸਿੱਖੀ ਮਨਜੂਰ ਕਰੋ ਮਨ ਮਾਹੀ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਫਿਰ ਆਖੋ ਵਾਹਿਗੁਰੂ ਮਹਾਰਾਜ ਕਹਿੰਦੇ ਭਾਈ ਸਾਰੇ ਕੰਮ ਹੋ ਜਾਣਗੇ ਸਿੱਖੀ ਧਾਰਨ ਕਰ ਲਓ ਮਹਾਰਾਜ ਕਹਿੰਦੇ ਸਿੱਖੀ ਧਾਰਨ ਕਰ ਲਓ ਹਾਂਜੀ ਤਰਮ ਸਾਲ ਕਰੋ ਹਰ ਨਾਮ ਰਰੋ ਉਰ ਭਾਉ ਤਰੋ ਹਰ ਕੈ ਕ੍ਰਿਤ ਯਾਹੀ ਕਹਿੰਦੇ ਮਹਾਰਾਜ ਉਹਦੇ ਵਾਸਤੇ ਕੀ ਕਰਨਾ ਪਏਗਾ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆਪਣੇ ਨਗਰ 'ਚ ਧਰਮਸ਼ਾਲਾ ਬਣਾਓ ਧਰਮਸ਼ਾਲਾ ਬਣਾਓ ਧਰਮਸ਼ਾਲਾ ਵਿੱਚ ਜਾ ਕੇ ਕੀ ਕਰਨਾ ਧਰਮਸ਼ਾਲਾ ਬਣਾਓ ਧਰਮਸ਼ਾਲਾ 'ਚ ਜਾ ਕੇ ਸਤਨਾਮ ਪਰਮੇਸ਼ਰ ਦਾ ਨਾਮ ਜਪੋ ਹਿਰਦੇ 'ਚ ਸ਼ਰਧਾ ਧਾਰੋ ਅਤੇ ਪਰਮੇਸ਼ਰ 'ਚ ਭਰੋਸਾ ਰੱਖੋ ਅਤੇ ਇਹੋ ਜਿਹੇ ਪੁੱਠੇ ਕੰਮ ਸਾਰੇ ਹੀ ਛੱਡ ਦਿਓ ਮਹਾਰਾਜ ਕਹਿੰਦੇ ਕਈਆਂ 'ਤੇ ਅਸਰ ਹੋ ਗਿਆ ਸੀਗਾ ਜੀ ਹਾਂਜੀ ਸਿੱਖ ਸੰਤਨ ਸੇਵਾ ਹੋਏ ਪਲੋ ਤੁਮ ਗਰੀਬ ਪਰੈ ਨਹਿ ਅੰਤਕ ਫਾਹੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੇਰੀਆਂ ਤੁਹਾਡੀਆਂ ਪਤਨੀਆਂ ਦੀ ਆਹ ਵੀ ਫਾਹੀ ਛੁੱਟ ਜਾਏਗੀ ਅਤੇ ਜਮਾਂ ਦੀ ਫਾਹੀ ਵੀ ਛੁੱਟ ਜਾਏਗੀ ਬਸ ਧਰਮਸ਼ਾਲਾ ਬਣਾ ਕੇ ਨਾਮ ਜਪੋ ਆਏ ਹੋਏ ਸੰਤ ਸਾਧੂ ਸਿੱਖ ਦੀ ਸੇਵਾ ਕਰੋ ਸੇਵਾ ਕਰੋ ਹਾਂ ਉਦਣ ਦੁਬਈ ਤੋਂ ਭੈਣ ਜੀ ਆਏ ਸਨ ਉਹਨਾਂ ਦੱਸਿਆ ਇਹ ਬੜਾ ਵੱਡਾ ਸੰਦੇਸ਼ 'ਚ ਗੁਰੂ ਨਾਨਕ ਸਾਹਿਬ ਜੀ ਦਾ ਉਹਨਾਂ ਬਚਨ ਸੁਣਾਇਆ ਉਹਨਾਂ ਦੇ ਦਾਦਾ ਜੀ ਮਿਲ ਕੇ ਆਏ ਕਹਿੰਦੇ ਇੱਧਰ ਉਹਨਾਂ ਦੇ ਦੁਬਈ ਵਾਲੇ ਤੋਂ ਥੋੜ੍ਹਾ ਜਿਹਾ ਅੱਗੇ ਇਲਾਕਾ ਹੈ ਕਹਿੰਦੇ ਉੱਥੇ ਉਹਨਾਂ ਦੀ ਪੀੜ੍ਹੀ ਚੱਲ ਰਹੀ ਹੈ ਉਹ ਪੀੜ੍ਹੀਆਂ ਦੇ ਵਿੱਚ ਇੱਕ ਕੜਾ ਤੁਰਦਾ ਆ ਰਿਹਾ ਕੜਾ ਜੀ ਹੱਥ 'ਚ ਪਾਉਣ ਵਾਲਾ ਕਹਿੰਦੇ ਧਾਰਨਾ ਪਤਾ ਕੀ ਹੈ ਉਸ ਕੜੇ ਦੀ
उस कड़े की धारणा यह है भी कोई हिंदुस्तान इंडिया तो कोई संत आए सी, उन्होंने दो चेले सीगे, एक दे हाथ च बजाउन वाला सीगा, उन्होंने कड़ा दिता साड़ी पीढ़ी नूं, भाव गुरु नानक साहब महाराज। वो अज तक पीढ़ी महाराज जी दे कड़े की सेवा कर रही है। उपदेश की देंदे सन, भाई धर्मशाला बनाओ, ते धर्मशाला बना के आए गए नूं प्रशादा छकाओ, सेवा करो। जिन्हें गुरु घर ने, जिन्हें गुरु घर इन्ना काम होने लग पे ना, इन्ना चलो वड्डे वड्डे लंगर जिहड़े लाउंदे मुबारक है, चंगी गल है, होर नहीं तो इन्ना प्रबंध हो जाए भी जिहड़ा भुखा है उहनू प्रशादा मिल जाए, ते साध संगत जी गुरु की मेहर वरतन लग पैंदी है। होर ते छड्डो, जिहड़ा सिख अपने घर विच ही इह काम करदा है ना, उहदे घर विच गुरु की मेहर वरतन लग पैंदी, बरकतां पै जांदियां ने। महाराज उन्हां नूं कहिंदे, सिख संतन सेव हो होए भलो तुम। संतां साधुआं की सेवा करिया करो, लोड़वंदां की सेवा करिया करो, तुहाडा भला होएगा। आ फाइयां छड्डो, जमा दियां फाइयां तो बच जाओगे, महाराज कहिंदे। हांजी, सुन दीन पाए नहीं मुख ते तुमरे अनुसार बिना हम नहीं। ते कहिंदे तम महाराज सच्चे पातशाह, तुमरे अनुसार बिना हम नहीं। महाराज हुण असीं तुहाडे अनुसार ही हाँ, महाराज हुण किसी होर अनुसार नहीं रहांगे। हाँ जी, कबित नारदुराचार बिबचारण की चाल जेह, सो तो दुख दैन हो के जोग मन जानिए। महाराज सच्चे पातशाह कहिंदे, खोटियां नारा ने जेड़ी इत्थे रीति चलाई है, थोड़ा बहुता तो धोखे नानू मिलना ही चाहिदा है। हाँ जी, पए अधीन पुन बेनती सुकीन, तुम याते होए नार तन इनके प्रमानिए। गज के आखो वाहेगुरु। ते फिर महाराज सच्चे पातशाह गरीब नवाज जी अगे हो फिर बेनतियां करन लगे। हाँ जी, ऐसे ही पनत पई देह तिन पूरब, सिहेर गुर रूप पुन मन पछतानिए। ते महाराज सच्चे पातशाह गरीब नवाज धन गुरु नानक साहब जी कहन लगे, फिर भाई ठीक है, तुही बहुतियां ही जे बेनतियां करदे हो। करुणा के ऐन रहे तहां पई रैन, जब कीनी सुख हैन कीनी सुख सैन, जां को भै न कित थानिए। ते महाराज सच्चे पातशाह ने पाई दृष्टि, ਉਹ ਦੋਵੇਂ ਬੀਬੀਆਂ ਫਿਰ ਪਹਿਲਾਂ ਵਰਗੀਆਂ ਹੀ ਹੋ ਗਈਆਂ ਜੀ। ਅਤੇ ਉਧਰੋਂ ਸ਼ਾਮਾਂ ਦਾ ਸਮਾਂ ਹੋ ਗਿਆ, ਹੁਣ ਉਹ ਕਹਿਣ ਮਹਾਰਾਜ ਸਾਡੇ ਘਰ ਰਾਤ ਰਹੋ, ਹੁਣ ਮਹਾਰਾਜ ਨੇ ਉਹਨਾਂ ਦੇ ਘਰ ਰਾਤ ਰਹਿਣਾ ਜੀ, ਗੁਰੂ ਨਾਨਕ ਸਾਹਿਬ ਜੀ ਨੇ। ਅਤੇ ਸਾਰੇ ਨਗਰ ਵਿੱਚ ਪਰਮੇਸ਼ਰ ਦੇ ਨਾਮ ਦਾ ਛਿੱਟਾ ਦੇ ਕੇ ਆਉਣਾ, ਉਹ ਆਪਾਂ ਕੱਲ੍ਹ ਨੂੰ ਪ੍ਰਸੰਗ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਸੱਚੇ ਪਾਤਸ਼ਾਹ ਮਿਹਰਾਂ ਕਰਨ, ਕਿਰਪਾ ਕਰਨ ਸਾਧ ਸੰਗਤ ਜੀ। ਇਹ ਤੰਤਰ ਮੰਤਰ ਜੰਤਰ ਤਿੰਨ ਚੀਜ਼ਾਂ ਹੁੰਦੀਆਂ, ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਲਿਖਦੇ ਆ। ਹਾਂਜੀ, ਜਦੋਂ ਤੰਤਰ ਮੰਤਰ ਜੰਤਰ ਇਕੱਠੇ ਹੋ ਜਾਣ ਫਿਰ ਟੂਣਾ ਬਣ ਜਾਂਦਾ ਹੈ ਜੀ, ਪਰ ਤੰਤਰ ਮੰਤਰ ਜੰਤਰ ਤੋਂ ਡਰਨ ਦੀ ਲੋੜ ਨਹੀਂ, ਜਿਹੜਾ ਸਿੱਖ ਬਾਣੀ ਪੜ੍ਹਦਾ ਹੈ, ਜਿਹੜਾ ਸਿੱਖ ਸਤਿਗੁਰੂ ਜੀ ਦੀ ਹਜ਼ੂਰੀ 'ਚ ਆਉਂਦਾ ਹੈ, ਜਿਹੜਾ ਸਿੱਖ ਮਹਾਰਾਜ ਜੀ ਦੀ ਬਖਸ਼ੀ ਹੋਈ ਰਹਿਤ ਰੱਖਦਾ ਹੈ ਨਾ, ਉਹਨੂੰ ਇਹਨਾਂ ਚੀਜ਼ਾਂ ਤੋਂ ਡਰਨ ਦੀ ਲੋੜ ਨਹੀਂ ਹੈ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਰਾਖੇ ਹੁੰਦੇ ਹੈ। ਸੋ ਮਹਾਰਾਜ ਗਰੀਬ ਨਵਾਜ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਆਓ ਸਾਰੀ ਸੰਗਤ ਦੋ ਚਾਰ ਮਿੰਟ ਗੁਰਮੰਤਰ ਦਾ ਜਾਪ ਕਰਕੇ ਫਿਰ ਖਿਮਾ ਮੰਗੀਏ। ਸਾਵਧਾਨ ਹੋਵੋ, ਪ੍ਰੇਮ ਦੇ ਨਾਲ ਸਾਰੀ ਸੰਗਤ ਗੱਜ ਕੇ ਕਹੋ ਜੀ, ਵਾਹਿਗੁਰੂ। ਵਾਹਿਗੁਰੂ।
ਸੱਚੇ ਪਾਤਸ਼ਾਹ ਮਿਹਰ ਕਰਨ। ਇਹਨੂੰ ਮਹਾਰਾਜ ਨੇ ਕਿਹਾ ਸੀ ਢਾਕੇ ਦੇ ਲੋਕਾਂ ਨੂੰ, ਭਾਈ ਧਰਮਸ਼ਾਲਾ ਬਣਾਓ ਅਤੇ ਧਰਮਸ਼ਾਲਾ ਵਿੱਚ ਬੈਠ ਕੇ ਹਰ ਨਾਮ ਜਪੋ, ਭਜਨ ਕਰੋ ਅਤੇ ਆਏ ਗਏ ਦੀ ਸੇਵਾ ਕਰੋ। ਜਮਾਂ ਦੀ ਫਾਈ ਨਹੀਂ ਪਏਗੀ ਕਦੀ ਵੀ ਜੀ। ਕਿੱਡਾ ਵੱਡਾ ਬਚਨ ਹੈ। ਹੁਣ ਧਰਮਸ਼ਾਲਾ ਤਾਂ ਬਣੀ ਪਈ ਹੈ ਜੀ, ਗੁਰਦੁਆਰਾ ਸਾਹਿਬ ਕੀ ਹੈ? ਧਰਮਸ਼ਾਲਾ ਹੈ। ਇੱਕ ਹੁੰਦੀ ਬੱਟਿਆਂ ਦੀ ਪਾਠਸ਼ਾਲਾ, ਇਹ ਹੈ ਧਰਮਸ਼ਾਲਾ, ਉਹ ਸ਼ਾਲਾ, ਉਹ ਅਸਥਾਨ ਜਿੱਥੇ ਧਰਮ ਪੜ੍ਹਾਇਆ ਜਾਂਦਾ ਹੈ। ਮਹਾਰਾਜ ਕਹਿੰਦੇ ਸਾਂਝੀ ਥਾਂ ਬਣਾਓ, ਧਰਮਸ਼ਾਲਾ ਬਣਾਓ, ਉੱਥੇ ਬੈਠ ਕੇ ਨਾਮ ਜਪਿਆ ਕਰੋ, ਆਏ ਗਏ ਦੀ ਸੇਵਾ ਕਰਿਆ ਕਰੋ, ਜਮਾਂ ਦੀਆਂ ਫਾਈਆਂ ਨਹੀਂ ਪੈਣਗੀਆਂ ਜੀ। ਇਹਦੇ ਤੋਂ ਅੱਗੇ ਆਪਾਂ ਕੱਲ੍ਹ ਨੂੰ ਪ੍ਰਸੰਗ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।